ਕੀਫਤੇ ਹੈ ਬੇਦਨ ਬਿਨਾਸਨ ਸੋਏ ਆਵਾਹੇ ਗੁਰੂ ਜੇ ਕੀਫਤੇ ਹੈ ਬੇਗਨ ਬਿਨਾਸਨ ਸੋਏ ਦੋ ਚਕ ਪ੍ਰਸੰਗ ਹੈ ਰਾਏ ਕੋ ਦਈ ਗੁਰੂ ਤਰਵਾਰ ਸੋਨੀ ਅਸ਼ਰੋਤਾ ਪ੍ਰੀਤ ਤਰ ਕਰਹੁ ਅਬੇ ਉਚਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਜੋਗੋ ਜੁਗ ਅਟਲ ਸਤਿਗੁਰੂ ਸਤਗੁਰ ਬਾਣੀ ਪੁਰਖ ਪਰਖੋਤਮ ਬਾਣੀ ਸਿਉ ਚਿਤ ਲਾਵੈ ਗੋ ਗੁਰ ਬਾਣੀ ਸੁਨਤ ਮੇਰਾ ਮਨ ਦਰਬਿਆ ਮਨ ਭੀਨਾ ਨਿਜ ਘਰ ਆਵੈ ਗੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ 'ਚ ਹਾਜ਼ਰੀਆਂ ਪਰਖੇ ਕਤਰ ਹੋ ਕੇ ਆਪ ਸਮੂਹ ਮਾਈ ਭਾਈ ਆਪਣੇ ਜੀਵਨ ਦੀਆਂ ਘੜੀਆਂ ਗੁਰੂ ਲੇਖੇ ਲਾ ਕੇ ਸਫਲਾਅ ਔਰ ਸਕਾਰਥਾ ਕਰ ਰਹੇ ਹਾਲਗੋਣ ਮਹੀਨੇ ਦੀ ਸਕਰਾਂ ਦਾ ਦਿਨ ਹੈ ਜਗਤ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਇਸ ਮਹੀਨੇ ਦੁਆਰਾ ਉਪਦੇਸ਼ ਬਖਸ਼ਦੇ ਹਨ ਫਾਲਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟਿ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦੀਆ ਮਿਲਾਏ ਜਿਨ੍ਹਾਂ ਤੇ ਸਤਗੁਰਾਂ ਦੀ ਦਇਆ ਮਇਆ ਹੁੰਦੀ ਹੈ ਉਹਨਾਂ ਦੇ ਹਿਰਦਿਆਂ ਵਿੱਚ ਵਾਹਿਗੁਰੂ ਨਿਰੰਕਾਰ ਅਕਾਲਪੁਰਖ ਪਾਰਬ੍ਰह्म ਪਰਮੇਸ਼ਰ ਦਾ ਸਰੂਪ ਸਾਖਸ਼ਾਤਕਾਰ ਹੁੰਦਾ ਹੈ ਜਿੱਥੇ ਨਿਰੰਕਾਰ ਦਾ ਸਰੂਪ ਸਾਖਸ਼ਾਤਕਾਰ ਹੋਵੇ ਉੱਥੇ ਆਨੰਦ ਪ੍ਰਗਟਤਾ ਹੈ ਰੱਬ ਦੇ ਪਿਆਰੇ ਮਹਾਪੁਰਸ਼ ਸਹਾਇਕ ਹੁੰਦੇ ਨੇ ਉਸ ਰਾਮ ਨੂੰ ਮਿਲਾਉਣ ਵਿੱਚ ਉਹ ਜਦੋਂ ਕਿਰਪਾ ਦੇ ਘਰ ਵਿੱਚ ਆਉਂਦੇ ਹੈ ਤਾ ਜਗਿਆਸੂਆ ਤੇ ਤਰਸ ਕਰਕੇ ਉਸ ਨਿਰੰਕਾਰ ਪਰਮੇਸ਼ਰ ਨਾਲ ਮਿਲਾ ਦਿੰਦੇ ਹਨ ਫਾਲਗੁਣ ਦੇ ਮਹੀਨੇ ਦੁਆਰਾ ਹੁਕਮ ਹੈ ਗੁਰ ਸਿੱਖ ਨੂੰ ਕਿ ਤੂੰ ਨਿਤ ਉਸ ਅਕਾਲ ਪੁਰਖ ਪਰਮੇਸ਼ਰ ਦੀ ਸਲਾਘਾ ਕਰ ਫਾਲਗੁਣ ਨਿਤ ਸਲਾਹੀਐ ਜਿਸ ਨੂੰ ਤਿਲ ਨਾ ਤਮਾਏ ਜਿਸ ਵਾਹਿਗੁਰੂ ਨੂੰ ਪਰਮੇਸ਼ਰ ਨੂੰ ਸਾਡੇ ਤੋਂ ਤਿਲ ਮਾਤਰ ਵੀ ਤਮਾ ਨਹੀਂ ਹੈ ਕੋਈ ਸਾਡੇ ਕੋਲੋਂ ਲਾਲਚ ਜਾਂ ਸਾਡੇ ਕੋਲੋਂ ਕੋਈ ਲਾਲਸਾ ਨਹੀਂ ਹੈ ਐਸੇ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਨੂੰ ਨਿਤ ਸਲਾਹੋ ਗੁਰਦੇਵ ਕਿਰਪਾ ਕਰਨ ਸਤਗੁਰਾਂ ਦੀ ਸੰਗਤ ਕਰਦਿਆਂ ਬਾਣੀ ਪੜਦਿਆਂ ਭਜਨ ਕਰਦਿਆਂ ਸੁੱਖਾਂ ਦਾ ਇਹ ਫਲ ਗੁਣ ਦਾ ਫੱਗਣ ਦਾ ਮਹੀਨਾ ਬਤੀਤ ਹੋਵੇ ਆਉਣ ਵਾਲਾ ਮਹੀਨਾ ਚੇਤਰ ਦੀ ਸਕਰਾਂ ਦਾ ਹੋਣਾ ਇਹ ਨਾਨਕ ਸ਼ਾਹੀ ਸੰਮਤ ਦਾ ਨਵਾਂ ਸਾਲ ਇਥੋਂ ਸਾਡਾ ਪ੍ਰਾਰੰਭ ਹੁੰਦਾ ਹੈ। ਤੋਂ ਸੰਗਤਾਂ ਨੇ ਉਹ ਨਵੇਂ ਸਾਲ ਵਾਲੇ ਦਿਨ ਗੁਰੂ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਲੈਣੀਆਂ ਵੱਧ ਚੜ੍ਹ ਕੇ ਗੁਰੂ ਦਰਬਾਰਾਂ 'ਚ ਹਾਜ਼ਰੀਆਂ ਭਰਦੀਆਂ। ਉਸ ਦਿਨ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਵੀ ਰਾਤ ਦੇ ਦੀਵਾਨ ਸਜਦੇ ਹਨ। ਉਹਨਾਂ ਦੀਵਾਨਾਂ ਦੇ ਵਿੱਚ ਵੀ ਆਪ ਜੀ ਨੇ ਹਾਜ਼ਰੀਆਂ ਭਰਨੀਆਂ। ਕਲਗੀਆਂ ਵਾਲੇ ਚੋਜੀ ਪ੍ਰੀਤਮ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਜਦੋਂ ਨੂਰੇ ਮਾਹੀ ਪਾਸੋਂ ਸਹਿਬਜ਼ਾਦਿਆਂ ਦਾ ਸਾਕਾ ਸੁਣਿਆ ਕਿ ਦੀਵਾਨ ਟੋਡਰਮਲ ਵਰਗੇ ਭਾਈ ਮੋਤੀराम ਜੀ ਵਰਗੇ ਗੁਰਸਿੱਖਾਂ ਦੀ ਕਹਾਣਾਂ ਸੁਣੀ ਹੈ ਉਥੇ ਬਲੇਛਾਂ ਤੇ ਜਰਵਾਣਿਆਂ ਦੀਆਂ ਭੈੜੀਆਂ ਕਰਤੂਤਾ ਸੁਣੀ ਸੁਣੀਆਂ ਨੇ ਲੰਮੇ ਨਗਰ ਦੇ ਵਿੱਚ ਬਹਿ ਕੇ ਕਾਈ ਦਾ ਬੂਟਾ ਪੁੱਟਦਿਆਂ ਸਤਿਗੁਰਾਂ ਨੇ ਬਚਨ ਕੀਤਾ ਕਿ ਮਲੇਛਾਂ ਦੇ ਰਾਜ ਭਾਗ ਦੀ ਜੜ ਪੁੱਟੀ ਗਈ। ਰਾਏ ਕੱਲੇ ਨੇ ਬੇਨਤੀ ਕੀਤੀ ਮਹਾਰਾਜ ਮੁਸਲਮਾਨ ਤਾਂ ਮੈਂ ਵੀ ਹਾਂ ਰਾਜ ਭਾਗ ਤਾਂ ਮੇਰੇ ਕੋਲ ਵੀ ਹੈ। ਕਿਰਪਾ ਕਰੋ ਮੈਨੂੰ ਬਖਸ਼ ਲਵੋ। ਸਤਿਗੁਰਾਂ ਆਖਿਆ ਭਾਈ ਤੂੰ ਪਹਿਲਾਂ ਬੇਨਤੀ ਕਰ ਲੈਂਦਾ ਤਾਂ ਬਖਸ਼ਿਆ ਜਾਂਦਾ ਹੁਣ ਤਾਂ ਬਚਨ ਹੋ ਗਿਆ। ਇਨੇ ਸਤਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਦੁਬਾਰਾ ਬੇਨਤੀ ਕੀਤੀ ਸਤਗੁਰੂ ਜੀ ਰੀਝੇ ਆਪਣੇ ਗਾਤਰੇ ਦੀ ਕਰਪਾਣ ਤਲਵਾਰ ਇਹਨੂੰ ਬਖਸ਼ ਕੇ ਆਖਿਆ ਰਾਏ ਕੱਲਾ ਜੀ ਜਿੰਨੀ ਦੇਰ ਤੱਕ ਇਸ ਤਲਵਾਰ ਦੀ ਤੁਹਾਡੇ ਵੰਸ ਵਿੱਚ ਪੂਜਾ ਹੁੰਦੀ ਰਹੇਗੀ ਉਤਨੀ ਦੇਰ ਤੱਕ ਤੁਹਾਡੇ ਕੁੱਲ ਵਿੱਚ ਵੰਸ ਵਿੱਚ ਰਾਜ ਭਾਗ ਰਹੇਗਾ ਜਦੋਂ ਇਸ ਤਲਵਾਰ ਦੀ ਕੋਈ ਬੇਅਦਬੀ ਕਰੇਗਾ ਜਾਂ ਇਹਨੂੰ ਆਪਣੇ ਗਾਤਰੇ ਪਾਵੇਗਾ ਉਸੇ ਦਿਨ ਤੁਹਾਡੇ ਰਾਜ ਭਾਗ ਦਾ ਵਿਨਾਸ਼ ਹੋ ਜਾਏਗਾ। ਤੋਂ ਬੜੇ ਸਤਕਾਰ ਨਾਲ ਰਾਏ ਕੱਲਾ ਜੀ ਨੇ ਉਹ ਤਲਵਾਰ ਲੈ ਕੇ ਆਪਣੇ ਸੀਸ ਤੇ ਰੱਖੀ ਘਰ ਚਲੇ ਗਏ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਦੇ ਅੱਗੇ ਮਾਲਵੇ ਨੂੰ ਵਧੇ ਹਨ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਰਵਣ ਕਰੀਏ। ਗੁਰੂ ਪਾਤਸ਼ਾਹ ਦੇ ਪਾਵਨ ਚਰਣਾ ਵਿੱਚ ਆਪਣੀਆਂ ਹਾਜਰੀਆਂ ਲਵਾਉਂਦਿਆਂ ਸੰਭੂ ਮਾਈ ਭਾਈ ਆਪਣੇ ਰਸਨਾ ਨੂੰ ਪਵਿੱਤਰ ਕਰਦੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਇਮਕੇ ਪਲੰਗ ਤਵੇ ਉਠਵਾਇਓ ਲੰਨੇ ਨਗਰ ਤੋਂ ਹੁਕਮ ਕਰਕੇ ਸਤਗੁਰੂ ਸੱਚੇ ਪਾਤਸ਼ਾਹ ਰਾਏ ਕੱਲੇ ਤੇ ਬਖਸ਼ਿਸ਼ ਕਰਕੇ ਆਪਣਾ ਪਲੰਗ ਚਕਾਇਆ ਤੇ ਅੱਗੇ ਵਧੇ ਹਨ ਰਾਏ ਚਮੂ ਜੁਤ ਸੀਸ ਨਿਵਾਇਓ ਰਾਏ ਕੱਲਾ ਜੀ ਨੇ ਆਪਣੀ ਚਮੂ ਚਮੂ ਦਾ ਮਤਲਬ ਹੁੰਦਾ ਫੌਜ ਆਪਣੀਆਂ ਫੌਜਾਂ ਦੇ ਸਮੇਤ ਸਤਗੁਰਾਂ ਦੇ ਚਰਨਾਂ ਤੇ ਸੀਸ ਨਵਾ ਕੇ ਮੱਥਾ ਟੇਕਿਆ ਜੰਗਲ ਦਿਸ਼ਾ ਬਦਨ ਕਰ ਚਲੇ ਕਰਗੀਤਰ ਸਵਾਮੀ ਜੀ ਮਾਲਵੇ ਵਾਲੇ ਪਾਸੇ ਜੰਗਲ ਦੇ ਇਲਾਕੇ ਨੂੰ ਮੁੱਖ ਕਰਕੇ ਚੱਲ ਪਏ ਮੁੱਠਾ ਫਿਰੇ ਸੀਸ ਪਰ ਭਲੇ ਪਿਆਰੇ ਭਾਈ ਦਇਆ ਸਿੰਘ ਜੀ ਆਪਣੇ ਪਾਵਨ ਹੱਥਾਂ ਵਿੱਚ ਮੋਰ ਦੇ ਖੰਭਾਂ ਦਾ ਮੁੱਠਾ ਲੈ ਕੇ ਚਵਰ ਚਲਾਉਂਦੇ ਜਾ ਰਹੇ ਹਨ ਗ੍ਰਾਮ ਏਕ ਪੁਨ ਪਹੁੰਚੇ ਜਾਏ ਚੱਲ ਕੇ ਸਤਿਗੁਰੂ ਜੀ ਇੱਕ ਨਗਰ ਦੇ ਵਿੱਚ ਪਹੁੰਚੇ ਬਦਰੀ ਤਰੂ ਤਰ ਪਲੰਗ ਟਿਕਾਏ ਫੇਰੀ ਦਾ ਬੂਟਾ ਹੈ ਉਹਦੇ ਥੱਲੇ ਸਤਿਗੁਰੂ ਜੀ ਨੇ ਆਪਣਾ ਪਲੰਗ ਉਤਰਵਾਇਆ ਕਰਿਓ ਸੁਚੇਤਾ ਥਿਰ ਕੁਛ ਪਾਏ ਗੁਰਦੇਵ ਨੇ ਸੁਚੇਤਾ ਕੀਤਾ ਕੁਝ ਸਮੇਂ ਲਈ ਪਾਤਸ਼ਾਹ ਜੀ ਇੱਥੇ ਠਹਿਰੇ ਵਿਸ਼ਰਾਮ ਕੀਤਾ ਬਹੁਤ ਉੱਗੇ ਚੱਲ ਬੋਕਾਏ ਔਰ ਦਇਆਨਿਤ ਸਵਾਮੀ ਜੀ ਨੇ ਫੇਰ ਇੱਥੋਂ ਆਪਣਾ ਪਲੰਗਾ ਚਕਾਇਆ ਤੇ ਅੱਗੇ ਚੱਲ ਪਏ ਸਨੇ ਸਨੇ ਮਾਰਗ ਉਲਗਲੰਤੇ ਸਨੇ ਸਨੇ ਸੱਜ ਸੱਜ ਸਤਿਗੁਰੂ ਜੀ ਸਾਰਾ ਪੈਂਡਾ ਤੈ ਕਰਦੇ ਜਾ ਰਹੇ ਨੇ ਜੰਗਲ ਦੇਸ਼ ਆਏ ਨਿਰੰਤੇ ਅੱਗੇ ਜੰਗਲ ਦਾ ਜਿਹੜਾ ਇਲਾਕਾ ਹੈ ਜਿਹਨੂੰ ਅੱਜ ਕੱਲ ਆਪਾਂ ਮਾਲਵਾ ਕਹਿੰਦੇ ਹਾਂ ਮਾਲਵੇ ਦੀ ਭੂਮੀ ਨੇੜੇ ਆ ਰਹੀ ਹੈ ਇੱਕ ਨਿਸਾ ਬਸ ਗਏ ਆਗਾਰੀ ਰਸਤੇ ਵਿੱਚ ਰਾਤ ਸਤਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਬਤੀਤ ਕੀਤੀ ਹੈ ਇੱਕ ਰਾਤ ਰਹਿ ਕੇ ਸਤਗੁਰੂ ਜੀ ਇੱਥੋਂ ਅੱਗੇ ਵਧੇ ਹਨ ਹਾਜੀ ਬੇਖ ਪਲੰਗ ਅਸਵਾਰੀ ਸਤਗੁਰਾਂ ਦਾ ਜਿਹੜਾ ਬੇਸ ਹੈ ਉਹ ਹਾਜੀਆਂ ਵਾਲਾ ਹੈ ਯਾਨੀ ਕਿ ਉੱਚ ਦੇ ਪੀਰ ਬਣੇ ਹੋਏ ਨੇ ਦੇ ਪਲੰਗੇ ਦੇ ਉੱਤੇ ਸਜੇ ਹੋਏ ਹਨ ਸਨਮੁਖ ਸਿੰਘ ਮਿਲਨੇ ਇਕ ਆਏ ਇੰਨੇ ਨੂੰ ਅੱਗੋਂ ਸਤਿਗੁਰਾਂ ਦਾ ਇੱਕ ਪਿਆਰਾ ਸਿੱਖ ਭਾਈ ਨਗਾਈਆ ਸਿੰਘ ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਅੱਗੋਂ ਆ ਕੇ ਮਿਲਿਆ ਸ਼੍ਰੀ ਗੁਰ ਦੇਖੇ ਸੀਸ ਨਿਵਾਏ ਕਰ ਕੀਤਰ ਪਾਤਸ਼ਾਹ ਦੇ ਦਰਸ਼ਨ ਭਾਈ ਨਗਾਈਆ ਸਿੰਘ ਨੇ ਕੀਤੇ ਔਰ ਦਰਸ਼ਨ ਕਰਕੇ ਆਪਣਾ ਸੀਸ ਸਤਿਗੁਰਾਂ ਦੇ ਚਰਨਾਂ ਵਿੱਚ ਝੁਕਾਇਆ ਪਰ ਉਹ ਜੀਨ ਜਿਸ ਪਾਸ ਤੁਰੰਗਾ ਭਾਈ ਨਗਾਈਆ ਸਿੰਘ ਦੇ ਕੋਲ ਇੱਕ ਬੜਾ ਸੁੰਦਰ ਕੀਮਤੀ ਬੇਸ਼ਕੀਮਤੀ ਘੋੜਾ ਹੈ ਜਿਹਦੇ ਤੇ ਉਹਨੇ ਕਾਠੀ ਪਾ ਕੇ ਸ਼ਿੰਗਾਰਿਆ ਹੋਇਆ। ਦੀਰਗ ਚਾਲ ਚਪਲ ਬਲ ਸੰਗਾ। ਜਿਹੜਾ ਨੰਮੀ ਚਾਲ ਚੱਲਣ ਵਾਲਾ ਤੇ ਬੜਾ ਚੰਚਲ ਤੇ ਬਲੀ ਘੋੜਾ ਹੈ। ਅਰਪਣ ਕਰਿਓ ਹੱਥ ਜੋਗ ਜੋਰੇ। ਦੋਵੇਂ ਹੱਥ ਜੋੜ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਉਹ ਘੋੜਾ ਇਹਨੇ ਅਰਪਣ ਕੀਤਾ, ਭੇਟ ਕੀਤਾ। ਸ੍ਰੀ ਪ੍ਰਭ ਤਬ ਅਰੋ ਕਰ ਭੋਰੇ ਕਲਗੀਆਂ ਵਾਲੇ ਸਵਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਪਲੰਗੇ ਤੋਂ ਉਤਰੇ ਤੇ ਉਸ ਘੋੜੇ ਤੇ ਸਵਾਰ ਹੋ ਗਏ ਮਾਛੀਵਾੜਿਓਂ ਜੋ ਚੱਲੇ ਨੇ ਪਲੰਗੇ ਤੇ ਹੀ ਸਵਾਰ ਸਨ ਇੱਥੇ ਆ ਕੇ ਜਦੋਂ ਭਾਈ ਨਗਾਈਆ ਸਿੰਘ ਨੇ ਘੋੜਾ ਭੇਟ ਕੀਤਾ ਆ ਉਸ ਘੋੜੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਵਾਰ ਹੋਏ ਦੀਨਾ ਗ੍ਰਾਮ ਨਿਕਟ ਜਾ ਬਿਆਉ ਅੱਗੇ ਮਾਲਵੇ ਵੱਲ ਵਧੇ ਤੇ ਦੀਨਾ ਕਾਂਗੜ ਕਾਂਗੜ ਪੁਰਾਣਾ ਪਿੰਡ ਸੀ ਨੇੜੇ ਦੀਨਾ ਪਿੰਡ ਨਵਾਂ ਬਸਿਆ ਸਤਿਗੁਰੂ ਸੱਚੇ ਪਾਤਸ਼ਾਹ ਦੀਨੇ ਪਿੰਡ ਦੇ ਨੇੜੇ ਪਹੁੰਚ ਗਏ ਪੁਰ ਕਾਂਗੜ ਤੇ ਨਿਕਸ ਬਸਾਉ ਕਾਂਗੜ ਨਗਰ ਦੇ ਬਿਲਕੁਲ ਨੇੜੇ ਨਗਰ ਵੱਸਦਾ ਦੀਨਾ ਬਰਨਾਲੇ ਤੋਂ ਜਦੋਂ ਬਾਜੇਖਾਨੇ ਰੋਡ ਤੇ ਆਪਾਂ ਜਾਂਦੇ ਆ ਤਾ ਉਥੇ ਇਹ ਨਗਰ ਆਉਂਦਾ ਦੀਨਾ ਤੇ ਕਾਂਗੜ ਕਲਗੀਆਂ ਵਾਲੇ ਪਾਤਸ਼ਾਹ ਜੀ ਇੱਥੇ ਪਹੁੰਚੇ ਹਨ ਸ਼ੀਰ ਸਤ ਗੁਰ ਹਰगोबिंद ਸੰਗ ਧੰਨ ਸ੍ਰੀ ਗੁਰੂ ਹਰगोबिंद ਸਾਹਿਬ ਮੇਰੀ ਪੀਰੀ ਦੇ ਮਾਲਕ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰगोबिंद ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਉਣ ਵਾਰੋ ਵਾਰੀ ਦਾਲ ਭੰਜਨ ਗੁਰੂ ਸੂਰਮਾ ਵੱਡ ਜੋਧਾ ਬੋ ਪਰਉਪਕਾਰੀ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਵੀ ਪਹਿਲਾਂ ਇਸ ਨਗਰ ਨੂੰ ਪਵਿੱਤਰ ਕਰ ਚੁੱਕੇ ਹਨ ਮਿਲਿਓ ਜੋਧ ਸਿੱਖ ਪਾਸਰ ਬੰਗ ਕਾਗੜ ਦਾ ਰਾਜਾ ਸੀ ਜੋਧ ਰਾਏ ਇਹ ਬੜੀ ਭਾਵਨਾ ਨਾਲ ਬੜੇ ਪ੍ਰੇਮ ਨਾਲ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਿਲਿਆ ਇਨੇ ਉਸ ਵੇਲੇ 6ਵੇਂ ਪਾਤਸ਼ਾਹ ਜੀ ਦੀ ਸੇਵਾ ਕੀਤੀ ਸੀ ਲਲਾ ਬੇਗ ਸੋ ਰਣ ਜਿਸ ਕਾਲ ਮਹਾਰਾਜ ਕੇ ਦੇ ਵਿੱਚ ਜਿਹੜਾ ਜੰਗ ਹੋਇਆ ਮਹਾਰਾਜ ਦਾ ਉਹਦੇ ਵਿੱਚ ਲਲਾ ਬੇਗ ਜਿਹੜਾ ਬੜੀ ਵੱਡੀ ਫੌਜ ਲੈ ਕੇ ਸਤਗੁਰੂ 6ਵੇਂ ਪਾਤਸ਼ਾਹ ਤੇ ਚੜ ਕੇ ਆਇਆ ਸੀ ਲਲਾ ਬੇਗ ਕੰਬਰ ਬੇਗ ਵਰਗੇ ਵੱਡੇ ਵੱਡੇ ਪਠਾਨ ਛੇਵੇਂ ਪਾਤਸ਼ਾਹ ਜੀ ਨੇ ਮੈਦਾਨੇ ਜੰਗ ਦੇ ਵਿੱਚ ਇਸੇ ਇਲਾਕੇ 'ਚ ਮਾਰੇ ਸਨ ਲਰਿਓ ਤਬੀਲੇ ਚਮੂ ਵਿਸਾਲ ਜਦੋਂ ਮਹਾਰਾਜ ਦਾ ਜੰਗ ਹੋਇਆ ਸੀ ਗੁਰੂ ਸਾਹਿਬ ਦਾ ਉਸ ਵੇਲੇ ਇਹ ਜੋਧਰਾਏ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਰਲ ਕੇ ਵੈਰੀਆਂ ਦੇ ਨਾਲ ਲੜਿਆ ਸੀ। ਸ਼੍ਰੀ ਅਰਜਨ ਸੁਤ ਬਹੁਤ ਰਜਾਇਓ। ਹੋਰ ਜੋਧਰਾਏ ਨੇ ਗੁਰੂ ਅਰਜਨ ਸਾਹਿਬ ਦੇ ਸੁਪੁੱਤਰ ਯਾਨੀ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬੜੀ ਖੁਸ਼ੀ ਲਈ ਸੀ। ਜੋਧਰਾਏ ਨੇ 6ਵੇਂ ਪਾਤਸ਼ਾਹ ਦੀਆਂ ਬੜੀਆਂ ਰਹਿਮਤਾਂ ਪ੍ਰਾਪਤ ਕੀਤੀਆਂ ਮੇਰੀ ਪੀਰੀ ਦੇ ਮਾਲਕ ਸਤਿਗੁਰਾਂ ਦੀਆਂ। ਦੀਰਗ ਪ੍ਰਾਕਰਮ ਕਰ ਦਿਖਰਾਇਓ ਇਹਨੇ ਬੜਾ ਭਾਰੀ ਦੀਰਗ ਪ੍ਰਾਕਰਮ ਬਲ ਜੰਗ ਦੇ ਮੈਦਾਨ ਵਿੱਚ ਜਦੋਂ ਲੱਲਾ ਬੇਗੰਬਰ ਬੇਗ ਵਰਗੇ ਜਰਨੈਲ ਆਏ ਸਨ ਉਦੋਂ ਇਹਨੇ ਆਪਣੀ ਸੂਰਮਤਾਈ ਦਾ ਸਬੂਤ ਦਿੱਤਾ ਸੀ ਆਪਣੀ ਸੂਰਮਤਾਈ ਦਾ ਪ੍ਰਮਾਣ ਪ੍ਰਗਟ ਕੀਤਾ ਸੀ ਤਹ ਕੇ ਪੋਤਰ ਤੀਨ ਤੈਂ ਆਹੇ ਜੋਧ ਰਾਏ ਆਪ ਤਾਂ ਕਾਲ ਚਲਾਣਾ ਕਰ ਚੁੱਕਾ ਇਹਦੇ ਤਿੰਨ ਪੋਤਰੇ ਨੇ ਉਧਰ ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰੇ ਨੇ ਕਲਗੀਧਰ ਜੀ ਉਹ ਆਏ ਨੇ ਇਧਰ ਜੋਧ ਰਾਏ ਦੇ ਪੋਤਰੇ ਨੇ ਤਿੰਨ ਜਿਨ੍ਹਾਂ ਨੇ ਦਸਵੇਂ ਪਾਤਸ਼ਾਹ ਦੀ ਸੇਵਾ ਕੀਤੀ ਹੈ ਪੁਰ ਕਾਂਗੜ ਤੇ ਦੀਨੇ ਰਾਏ ਆੰਗੜ ਤੋਂ ਦੀਨੇ ਨਗਰ ਵਿੱਚ ਆ ਕੇ ਰਹਿੰਦੇ ਸਨ ਇੱਕ ਸ਼ਮੀਰ ਦੁੱਤੀ ਲਖਮੀਰ ਇਹਨਾਂ ਵਿੱਚੋਂ ਇੱਕ ਦਾ ਨਾਮ ਸੀ ਚੌਧਰੀ ਸ਼ਮੀਰ ਇਹਦੇ ਦੂਜੇ ਭਰਾ ਦਾ ਨਾਮ ਸੀ ਚੌਧਰੀ ਲਖਮੀਰ ਤਖਤਮਲ ਤੀਸਰ ਮਤ ਧੀਰੇ ਔਰ ਇਹਨਾਂ ਦਾ ਤੀਜਾ ਭਰਾ ਸੀ ਭਾਈ ਤਖਤਮਲ ਇਹ ਤਿੰਨ ਭਰਾ ਸੀ ਜੋਧ ਰਾਏ ਦੇ ਪੋਤਰੇ ਨੇ ਜਦੋਂ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਜੀ ਆਏ ਨੇ ਇਹਨਾਂ ਤਿੰਨਾਂ ਭਰਾਵਾਂ ਨੇ ਸਤਗੁਰੂ ਸੱਚੇ ਪਾਤਸ਼ਾਹ ਜੀ ਦੀ ਟਹਿਲ ਕੀਤੀ ਹੈ ਜਿੰਨ ਕੋ ਹੁਕਮ ਗ੍ਰਾਮ ਗਨ ਮੰਨੇ ਨੇੜੇ ਤੇੜੇ ਦੇ ਜਿੰਨੇ ਪਿੰਡ ਨੇ ਕਿਉਂਕਿ ਇਹ ਚੌਧਰੀ ਸਾਹਨੇ ਲਾਕ ਕੇ ਦੇ ਤੇ ਪਿੰਡਾਂ ਵਾਲੇ ਲੋਕ ਇਹਨਾਂ ਦਾ ਹੁਕਮ ਮੰਨਦੇ ਸਨ ਚੌਧਰੀ ਸ਼ਮੀਰ ਤੇ ਲਖਮੀਰ ਦਾ ਇਹਨਾਂ ਦੇ ਹੁਕਮ ਦੀ ਲੋਕ ਪਾਲਣਾ ਕਰਦੇ ਸਨ ਰਾਹਕ ਸਕਲ ਬਡੋ ਜਿਸ ਜਾਣੇ ਔਰ ਜਿਹੜੇ ਵੱਡੇ ਵੱਡੇ ਜ਼ਿਮੀਂਦਾਰ ਸਾਨੂੰ ਇਹਨਾਂ ਦਾ ਹਾਲਾ ਭਰਦੇ ਸੀ ਇਹਨਾਂ ਕੋਲ ਟੈਕਸ ਭਰਦੇ ਸਨ ਤਿੰਕੇ ਪਾਸ ਇੱਕ ਨਰ ਗਇਓ ਉਹਨਾਂ ਦੇ ਕੋਲ ਜਾ ਕੇ ਨਾ ਚੌਧਰੀ ਸ਼ਮੀਰ ਹੋਣਾ ਨੂੰ ਕਿ ਸੇ ਇੱਕ ਸੇਵਕ ਨੇ ਜਾ ਕੇ ਖਬਰ ਦਿੱਤੀ ਤਹ ਪਹੁੰਚਨ ਗੁਰ ਰੁੱਖ ਲਖ ਲਿਓ ਉਹਨੇ ਖਬਰ ਦਿੱਤੀ ਕਿ ਕਲਗੀਆਂ ਵਾਲੇ ਪਾਤਸ਼ਾਹ ਇਹ ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰੇ ਜਿਨ੍ਹਾਂ ਦੀ ਬਖਸ਼ਿਸ਼ ਤੁਹਾਡੇ ਪਰਿਵਾਰ ਤੇ ਆ ਤੁਹਾਡੇ ਬਜ਼ੁਰਗਾਂ ਤੇ ਆ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਗੱਦੀ ਦੇ ਦਸਵੇਂ ਮਾਲਕ ਆਏ ਹਨ ਉਹ ਤੁਹਾਡੇ ਕੋਲ ਆ ਕੇ ਟਿਕਾਣਾ ਕਰਨਾ ਚਾਹੁੰਦੇ ਹਨ ਤਿੰਨ ਸਭ ਇਨਸਾਨ ਖਬਰ ਸੁਣਾਈ ਜਦੋਂ ਇਹਨਾਂ ਨੂੰ ਜਾ ਕੇ ਸਾਰੀ ਖਬਰ ਦਿੱਤੀ ਗਨ ਤੁਰਕਨ ਸੰ ਕੀਨ ਲੜਾਈ ਦਿੱਸ ਲਗੀ ਤਰ ਪਾਤਸ਼ਾਹ ਜੀ ਤੁਰਕਾਂ ਦੇ ਨਾਲ ਚਮਕੌਰ ਦਾ ਜੰਗ ਲੜ ਕੇ ਆਏ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਏ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਡੇ ਤੇ ਤਰਸ ਕਰਨ ਲਈ ਸਾਡੇ ਤੇ ਕਿਰਪਾ ਕਰਨ ਵਾਸਤੇ ਇਸ ਪਾਸੇ ਆਏ ਹਨ ਆਪਣ ਗ੍ਰਾਮ ਕੇ ਅਬਨਿ ਰਾਇ ਔਰ ਸਾਡੇ ਪਿੰਡ ਦੀਨੇ ਦੇ ਨੇੜੇ ਸਤਗੁਰੂ ਸੱਚੇ ਪਾਤਸ਼ਾਹ ਜੀ ਉਤਰੇ ਹੋਏ ਨੇ ਜਾਣੇ ਕੌਣ ਜਾਏ ਕਿਸ ਗ੍ਰਾਮ ਹਾਲੇ ਇਹ ਨਹੀਂ ਪਤਾ ਕਿ ਕਲਗੀਧਰ ਜੀ ਅੱਗੇ ਕਿਹੜੇ ਨਗਰ ਨੂੰ ਜਾ ਰਹੇ ਨੇ ਕਿੱਧਰ ਜਾ ਰਹੇ ਨੇ ਉਤਰੇ ਕਿਸ ਰਾਹਕ ਬਰ ਧਾਮ ਖਬਰੇ ਕਿਹੜੇ ਜ਼ਿਮੀਂਦਾਰ ਦੇ ਘਰ ਸਤਿਗੁਰਾਂ ਨੇ ਉਤਰਨਾ ਕਿੱਥੇ ਸਤਿਗੁਰੂ ਜੀ ਨੇ ਉਤਾਰਾ ਕਰਨਾ ਹਾਲੇ ਦੇ ਬਾਰੇ ਕੁਝ ਪੱਕਾ ਨਹੀਂ ਪਤਾ ਉਚਿਤ ਆਹੇ ਤੁਮ ਕੋ ਅਗਵਾਈ ਇਹ ਚੌਧਰੀ ਸ਼ਮੀਰ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਉਹਨਾਂ ਨੂੰ ਆਪਣੇ ਘਰ ਲਿਆ ਕੇ ਉਤਾਰਾ ਕਰਾਓ ਕਿਉਂਕਿ ਤੁਸੀਂ ਤੁਹਾਡੇ ਪਿਤਾ ਪੁਰਖ ਜਿਹੜੇ ਸਨ ਉਹਨਾਂ ਦੇ ਘਰ ਦੇ ਸੇਵਕ ਨੇ ਤੁਹਾਡਾ ਫਰਜ਼ ਬਣਦਾ ਕਿ ਤੁਸੀਂ ਉਹਨਾਂ ਨੂੰ ਆਪਣੇ ਘਰ ਵਿੱਚ ਲਿਆ ਕੇ ਉਤਾਰਾ ਕਰਵਾਓ ਮਿਲੋ ਜੈਲੇ ਨਰ ਸਮੁੰਦਾਈ ਹੋਰ ਆਪਣੇ ਨਾਲ ਆਪਣੇ ਕੁਝ ਅਹਿਲਕਾਰਾਂ ਨੂੰ ਲੈ ਕੇ ਕਲਗੀਧਰ ਜੀ ਨੂੰ ਅੱਗੇ ਜਾ ਕੇ ਮਿਲੋ ਸੁਨਤ ਸ਼ਮੀਰ ਪ੍ਰਾਤ ਲਖਮੀਰ ਚੌਧਰੀ ਸ਼ਮੀਰ ਨੇ ਜਦੋਂ ਇਹ ਗੱਲ ਸੁਣੀ ਕਲਗੀਧਰ ਜੀ ਦੇ ਆਮਦ ਬਾਰੇ ਆਪਣੇ ਭਰਾ ਲਖਮੀਰ ਨੂੰ ਨਾਲ ਲਿਆ ਤੂਰਨ ਤਿਆਰ ਪਾਏ ਮਤ ਧੀਰ ਰਖਤ ਵੱਲ ਉਹ ਵੀ ਤਿਆਰ ਕੀਤਾ ਛੇਤੀ ਨਾਲ ਇਹਨਾਂ ਨੇ ਤਿਆਰੀ ਕੀਤੀ ਸਤਿਗੁਰੂ ਜੀ ਨੂੰ ਮਿਲਣ ਲਈ ਨਰਸ ਕੇਲ ਕੇਤਕ ਸੰਗ ਲੀਨੇ ਕੁਝ ਕ ਬੰਦੇ ਕਿਉਂਕਿ ਚੌਧਰੀ ਸਨ ਪਿੰਡ ਦੇ ਆਪਣੇ ਨਾਲ ਕੁਝ ਕ ਬੰਦੇ ਇਕੱਠੇ ਕਰਕੇ ਲੈ ਲਏ ਨਿਕਸ ਅਗਾਉ ਮਗ ਪਗ ਦੀਨੇ ਹੋਰ ਅੱਗੇ ਵੱਧ ਕੇ ਆਏ ਤੇ ਚੱਲ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਨੂੰ ਆਉਣ ਲੱਗੇ ਦੋ ਇੱਕੋ ਸੇ ਅੱਗੇ ਚੱਲ ਆਏ ਜਦੋਂ ਦੋ ਕ ਕੋ ਅੱਗੇ ਚੱਲ ਕੇ ਆਏ ਸਤਿਗੁਰੂ ਜੀ ਜਿੱਥੇ ਉਤਰੇ ਹੋਏ ਸਨ ਨਾਨਾ ਵਸਤ ਉਪਾਯਨ ਲਿਆਏ ਕਈ ਤਰ੍ਹਾਂ ਦੀਆਂ ਪਟਾਵਾਂ ਲੈ ਕੇ ਆਏ ਚੌਧਰੀ ਸ਼ਮੀਰ ਲਖਮੀਰ ਹੋਣੀ ਮਹਾਰਾਜ ਜੀ ਦੇ ਚਰਨਾਂ ਚ ਲਿਆ ਕੇ ਪਟਾਵਾਂ ਅਰਪਣ ਕਰਦੇ ਹਨ ਚੜੇ ਤੁਰੰਗਮ ਆਵਤਿ ਆਗੇ ਚਲਗੀਆਂ ਵਾਲੇ ਪਾਤਸ਼ਾਹ ਜੀ ਘੋੜੇ ਤੇ ਸਵਾਰ ਹੋ ਕੇ ਆ ਰਹੇ ਹਨ ਤਨ ਪੈਰੇ ਨੀਲਾ ਅੰਬਰ ਬਾਗੇ ਇਹ ਸਰੀਰ ਤੇ ਮਹਾਰਾਜ ਜੀ ਨੇ ਸੁਰਮਈ ਰੰਗ ਦੇ ਨੀਲੇ ਭਾ ਮਾਰਨ ਵਾਲੇ ਬਸਤਰ ਧਾਰਨ ਕੀਤੇ ਹੋਏ ਉੱਚ ਦੇ ਪੀਰਾ ਵਾਲੇ ਤੂਰਨ ਨਿਕਟ ਹੋਏ ਕਰ ਬੰਦੇ ਇਹ ਛੇਤੀ ਨਾਲ ਕੋਲ ਗਏ ਤੇ ਜਾ ਕੇ ਸਤਗੁਰਾਂ ਦੇ ਚਰਨ ਕਮਲ ਫੜ ਕੇ ਚੌਧਰੀ ਸ਼ਮੀਰ ਜੀ ਹੋਣਾ ਨੇ ਬੜੇ ਪਿਆਰ ਨਾਲ ਮੱਥਾ ਟੇਕਿਆ ਬੰਦਨਾ ਕੀਤੀ ਬੰਦੇ ਸੁੰਦਰ ਪਦ ਅਰਬਿੰਦੇ ਬਾਦਸ਼ਾਹ ਦੇ ਸੋਹਣੇ ਪਵਿੱਤਰ ਚਰਨ ਕਮਲ ਦੋਨਾਂ ਤਿੰਨਾਂ ਭਰਾਵਾਂ ਨੇ ਬਾਦ ਬਾਬਾ ਸਤਕਾਰ ਵੰਦਨਾ ਕੀਤੀ ਮੱਥਾ ਟੇਕਿਆ ਸਹਤ ਰਕਾਬ ਸਪਰਸ਼ਣ ਕਰੇ ਗੁਰਦੇਵ ਦੇ ਪਾਵਨ ਚਰਨ ਘੋੜੇ ਦੀ ਰਕਾਬ ਦੇ ਵਿੱਚ ਸਨ ਰਕਾਬ ਦੇ ਸਮੇਤ ਹੀ ਮਹਾਰਾਜ ਜੀ ਦੇ ਚਰਨਾਂ ਨੂੰ ਪਰਸਿਆ ਮੱਥਾ ਰੱਖ ਰੱਖ ਕੇ ਮੱਥਾ ਟੇਕਦੇ ਨੇ ਨਮਰੀ ਬਨ ਬਨ ਸਿਰ ਨਿਜ ਤਾਰੇ ਔਰ ਬਨੇਮਰ ਹੋ ਹੋ ਕੇ ਸਤਗੁਰਾਂ ਦੇ ਚਰਨਾਂ ਤੇ ਬਾਰ ਬਾਰ ਸੀਸ ਧਰਦੇ ਨੇ ਅਹੋ ਭਾਗ ਮੇਰੇ ਸਾਡੇ ਵੱਡੇ ਭਾਗ ਹਨ ਕਲਗੀਆਂ ਵਾਲੇ ਸਵਾਮੀ ਜੀ ਤੁਸੀਂ ਸਾਨੂੰ ਕਿਰਤਾਰਥ ਕਰਨੇ ਆਏ ਹੋ ਕੁਸ਼ਲ ਪ੍ਰਸ਼ਨ ਤਿੰਨ ਪ੍ਰਤ ਗੁਰ ਕੈਓ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹਨਾਂ ਦਾ ਰਾਜੀ ਖੁਸ਼ੀ ਦਾ ਸੁਨੇਹਾ ਪੁੱਛਿਆ ਕਿਰਪਾ ਆਪਕੀ ਸਭ ਸੁਖ ਲਏਓ ਇਹਨਾ ਹੱਥ ਜੋੜ ਕੇ ਬੇਨਤੀ ਕੀਤੀ ਸਤਿਗੁਰੂ ਤੁਹਾਡੀ ਦਇਆ ਨਾਲ ਤੁਹਾਡੀ ਕਿਰਪਾ ਨਾਲ ਸਰਬ ਸੁਖ ਹਨ ਗੁਰੂ ਆਰਗਵਿੰਦ ਸਾਹਿਬ ਦੀ ਕਿਰਪਾ ਨਾਲ ਤੁਹਾਡੀ ਕਿਰਪਾ ਨਾਲ ਘਰ ਚ ਸਭ ਸੁੱਖ ਨੇ ਪ੍ਰਭ ਜੀ ਚਲਿਏ ਤਾਂ ਮੇ ਅਮਾਰੇ ਤੁਝੇ ਕਿਰਪਾ ਕਰੋ ਚੱਲ ਕੇ ਆਪਣੇ ਸੇਵਕਾਂ ਦੇ ਘਰ ਪਵਿੱਤਰ ਕਰੋ ਆਪਣੇ ਸੇਵਕਾਂ ਦੇ ਘਰ ਚ ਚੱਲ ਕੇ ਚਰਨ ਪਾਓ ਉਤਰੋ ਸ਼੍ਰਮ ਤਨ ਤੇ ਦੇ ਹਟਾਰੇ ਪਿੱਛੋਂ ਲੰਮਾ ਪੈਂਡਾ ਤੈ ਕਰਕੇ ਆਇਓ ਤਾਰਾ ਕਰੋ ਤੇ ਰਾਹ ਦਾ ਥਕੇਵਾ ਦੂਰ ਕਰੋ ਪਾਵਨ ਕਰੋ ਗ੍ਰਾਮ ਗਨ ਤਾਮ ਸਾਡਾ ਘਰ ਸਾਡਾ ਨਗਰ ਪਵਿੱਤਰ ਕਰ ਦੋ ਗਰੀਬ ਨਵਾਜ਼ ਜੀ ਸਿੱਖ ਕਦੀਮੀ ਹਮ ਪਦ ਸਾሙ ਅਸੀਂ ਤੁਹਾਡੇ ਚਰਨਾਂ ਦੀ ਸ਼ਰਣ ਵਿੱਚ ਆ ਤੁਹਾਡੇ ਮੋਢ ਕਦੀਮੀ ਸੇਵਕ ਹਾਂ ਸਾਡੇ ਬਜ਼ੁਰਗ ਸਾਡੇ ਦਾਦਾ ਜੀ ਜੋਧ ਰਾਏ ਜੀ ਆਪ ਜੀ ਦੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੇਵਕ ਨੇ ਮੇਰੇ ਪਿਤਾ ਜੀ ਤੁਹਾਡੇ ਦਰ ਘਰ ਦੇ ਸੇਵਕ ਨੇ ਅਸੀਂ ਵੀ ਆਪ ਜੀ ਦੇ ਦਰ ਘਰ ਦੇ ਨੌਕਰ ਤੇ ਮੁੱਲ ਖਰੀਦੇ ਗੋਲੇ ਹਾਂ ਪਿਤਾ ਪਿਤਾ ਮਾਂ ਸੇਵ ਕਰਏ ਸਾਡੇ ਪਿਤਾ ਪਿਤਾ ਮਾਂ ਆਪ ਜੀ ਦੇ ਘਰ ਦੇ ਸੇਵਕ ਰਹੇ ਨੇ ਮਹਾਰਾਜ ਸਾਡੇ ਕੋਲੇ ਰਾਜ ਭਾਗ ਇਹ ਨਗਰਾਂ ਦੀ ਜਿਹੜੀ ਸਰਦਾਰੀ ਐ ਇਹ ਤੁਹਾਡੀ ਬਖਸ਼ੀ ਹੋਈ ਐ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਪਰਸੰਨ ਹੋਏ ਦੁੱਖ ਦਹੇ ਸਤਗੁਰੂ ਜੀ ਨੇ ਬੜੇ ਪ੍ਰਸੰਨ ਹੋ ਕੇ ਦਇਆ ਦ੍ਰਿਸ਼ਟੀ ਕੀਤੀਆਂ ਇਹਨਾਂ ਦੇ ਦੁੱਖ ਦੂਰ ਕੀਤੇ ਹਿਰਦਾ ਸ਼ਾਂਤ ਕਰ ਦਿੱਤਾ ਸੁਨ ਸਿਕਨ ਤੇ ਕਿਰਪਾ ਨਿਧਾਨ ਜਦੋਂ ਆਪਣੇ ਸੇਵਕਾਂ ਦੇ ਪਾਸੋਂ ਸਤਗੁਰੂ ਕਲਗੀਧਰ ਜੀ ਨੇ ਬੇਨਤੀ ਸੁਣੀ ਕਿਰਪਾ ਨਿਧਾਨ ਗੁਰਦੇਵ ਜੀ ਨੇ ਹੀਤ ਸੁਚੇਤੀ ਬਾਖ ਬਖਾਨਾ ਸੁਚੇਤੀ ਵਾਸਤੇ ਕਿਉਂਕਿ ਪਿੱਛੇ ਫੌਜਾਂ ਬੜੀਆਂ ਸਨ ਦੁਸ਼ਮਣ ਜਿਹੜੇ ਸਾਨੂੰ ਸਤਗੁਰਾਂ ਦੀ ਭਾਲ ਕਰ ਰਹੇ ਸਨ ਤੇ ਇਹਨਾਂ ਦੀ ਵੀ ਪਰਖ ਕਰਨੀ ਸੀ ਇਹਨਾਂ ਨੂੰ ਸੁਚੇਤ ਵੀ ਕਰਨਾ ਸੀ ਵੀ ਘਰ ਲੈ ਕੇ ਚੱਲਿਓ ਪਹਿਲਾਂ ਸੁਣ ਲੋ ਗੱਲ ਸਾਡੇ ਬਾਰੇ ਮੁੜ ਕੇ ਕਿਤੇ ਗੁਲਾਬੇ ਵਾਂਗੂ ਇਹ ਨਾ ਹੋਵੇ ਕਿ ਆਪੇ ਭੇਟਾ ਲਿਆ ਕੇ ਆਖੋ ਵੀ ਜਾਓ ਜੀ ਇਸ ਕਰਕੇ ਸਤਗੁਰੂ ਜੀ ਸਾਰੀ ਗੱਲ ਬਾਤ ਇਹਨਾਂ ਨੂੰ ਪਹਿਲਾਂ ਹੀ ਸਪਸ਼ਟ ਕਰਕੇ ਦੱਸਣ ਲੱਗੇ ਹਨ ਤੁਰਕਨ ਸੰਗ ਹਮਾਰੋ ਬਾਦਾ ਮਹਾਰਾਜ ਜੀ ਕਹਿੰਦੇ ਸ਼ਮੀਰ ਜੀ ਸਾਡਾ ਤੁਰਕਾਂ ਦੇ ਨਾਲ ਮਲੇਛਾਂ ਦੇ ਨਾਲ جنگ ਹੈ ਪਰ ਇਹ ਅधिक ਸੰਗਰਾਮ ਵਿਖਾਦਾ ਉਹਨਾਂ ਨਾਲ ਚਮਕੌਰ ਸਾਹਿਬ ਆਨੰਦਪੁਰ ਸਾਹਿਬ ਸਾਡੇ ਬੜੇ-ਬੜੇ ਜੰਗ ਹੋਏ ਹਨ ਸੋ ਹਾਕਮ ਤੂੰ ਹੋ ਤਿੰਨ ਰૈયਤ ਉਹ ਹਾਕਮ ਨੇ ਇਸ ਵੇਲੇ ਜਿਨ੍ਹਾਂ ਨਾਲ ਸਾਡੀ ਲੜਾਈ ਹੈ ਤੇ ਤੁਸੀਂ ਉਹਨਾਂ ਦੀ ਰૈયਤ ਹੋ ਧਿਆਨ ਰੱਖੋ ਉਹ ਹਾਕਮ ਨੇ ਤੁਸੀਂ ਉਹਨਾਂ ਦੀ ਰૈયਤ ਹੋ ਲੜੋ ਨਾ ਕੁਛ ਕਰ ਅਦਕ ਜਮਈਤ ਤੇ ਜੇ ਤੁਸੀਂ ਬਹੁਤ ਸਾਰਾ ਕੁਝ ਜਮਈਤ ਇਕੱਤਰ ਕਰਕੇ ਲੜਨਾ ਚਾਹੋ ਤੇ ਲੜ ਨਹੀਂ ਸਕੋਗੇ ਉਹਨਾਂ ਨਾਲ ਤਰੋ ਤਰਾਸ ਨੈ ਬਲ ਸੰਭਾਰੋ ਉਹਨਾਂ ਦਾ ਤਰਾਸ ਧਾਰਨ ਕਰਕੇ ਤੁਸੀਂ ਆਪਣਾ ਬਲ ਨਾ ਸੰਭਾਲੋਗੇ ਕਿਮ ਹਮ ਕੋ ਨਿਜ ਸਦਨ ਉਤਾਰੋ ਤੁਸੀਂ ਸਾਨੂੰ ਆਪਣੇ ਘਰ ਕਿਵੇਂ ਉਤਾਰੋਗੇ ਕਿਉਂਕਿ ਤੁਸੀਂ ਤਾਂ ਉਹਨਾਂ ਦੀ ਰૈયਤ ਹੋ ਉਹ ਤੁਹਾਡੇ ਸਿਕਦਾਰ ਨੇ ਚੌਧਰੀ ਨੇ ਸੁਣ ਕਰ ਜੋਰ ਸਰਬ ਪੁਨ ਕਾਏ ਸੁਣ ਕੇ ਚੌਧਰੀ ਸ਼ਮੀਰ ਤੇ ਲਖਮੀਰ ਤਖਤਮਲ ਤਿੰਨਾ ਭਾਈਆਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਅਬਰਾਵਰ ਕੀਸ਼ਰਨੀ ਆਹੇ ਮਹਾਰਾਜ ਸਾਡੇ ਰਾਜੇ ਤੁਸੀਂ ਅਸੀਂ ਰૈયਤ ਤੁਹਾਡੀ ਤੁਸੀਂ ਸਾਡੇ ਸਵਾਮੀਓ ਤੁਸੀਂ ਸਾਡੇ ਮਾਲਕ ਹੋ ਅਸੀਂ ਤੁਹਾਡੇ ਹਾਂ ਕਿਰਪਾ ਕਰੋ ਏ ਸਦਨ ਪਵਿੱਤਰਾ ਮਹਾਰਾਜ ਕਿਰਪਾ ਕਰੋ ਤੁਸੀਂ ਸਾਡਾ ਘਰ ਪਵਿੱਤਰ ਕਰੋ ਤੁਮ ਚਲਿਤ੍ਰ ਹੈ ਚਿਤ੍ਰ ਬਚਿਤਰਾ ਮਹਾਰਾਜ ਤੁਹਾਡੇ ਚਲਿਤ੍ਰ ਚਿਤ੍ਰ ਬਚਿਤਰ ਹੈਰਾਨ ਕਰ ਦੇਣ ਵਾਲੇ ਵਿਸਮਾਦਮਈ ਹਨ ਉਸ ਤੈ ਨੀ ਅਮਦਾਸ ਤੁਮਾਰੇ ਅਸੀਂ ਪੁਸ਼ਤਾ ਤੋਂ ਤੁਹਾਡੇ ਘਰ ਦੇ ਸੇਵਕ ਹਾਂ ਪੁਛਤਾ ਤੋਂ ਆਪ ਜੀ ਦੇ ਦਰ ਘਰ ਦੇ ਦਾਸ ਹਾਂ ਮਿਲਨ ਆਪਸੋਂ ਕਿਸ ਡਰ ਧਾਰੇ ਤੁਹਾਡੇ ਨਾਲ ਮਿਲਣ ਲਈ ਅਸੀਂ ਕਿਹਦਾ ਡਰ ਮੰਨਣਾ ਅਸੀਂ ਨਹੀਂ ਮੰਨਦੇ ਕਿਸੇ ਦਾ ਡਰ ਭੈ ਕਿਉਂਕਿ ਸਾਡੀ ਤਾਂ ਪੁਛਤੈਨੀ ਆਪ ਜੀ ਦੇ ਘਰ ਨਾਲ ਸਾਝ ਹੈ ਗੁਰ ਸਖਨ ਸੋ ਮੇਲ ਹਮੇਸ਼ ਸਾਡਾ ਗੁਰੂ ਕੇ ਸਿੱਖਾਂ ਨਾਲ ਮੇਲ ਹੈ ਗੁਰੂ ਕੇ ਸਿੱਖਾਂ ਨਾਲ ਸਾਡਾ ਹਮੇਸ਼ਾ ਮੇਲ ਹੈ ਪਰ ਜਿਸ ਕੇ ਅਸ ਕੋਨ ਵਿਸ਼ੇਸ਼ ਐਸਾ ਕਿਹੜਾ ਜਿਹੜਾ ਸਾਨੂੰ ਵਰਜੇ ਤੁਹਾਨੂੰ ਸਾਨੂੰ ਤੁਹਾਨੂੰ ਸਾਡੇ ਆਪਣੇ ਘਰ ਵਿੱਚ ਉਤਾਰਨ ਲਈ ਕਿਹਦੇ ਚ ਇਹਨਾਂ ਤਾਣ ਕੇ ਸਾਨੂੰ ਵਰਜੇ ਸਾਨੂੰ ਰੋਕੇ ਪੁਰਵੋ ਸਰਦਾ ਆਪੇ ਹਮਾਰੀ ਇਹ ਕਲਕੀਆਂ ਵਾਲੇ ਸਵਾਮੀ ਜੀ ਕਿਰਪਾ ਕਰੋ ਸਾਡੀ ਸਰਦਾ ਪੂਰਨ ਕਰੋ ਸਾਡੀਆਂ ਭਾਵਨਾਵਾਂ ਨੂੰ ਬੂਰ ਲਾਓ ਸਤਿਗੁਰੂ ਜੀ ਤੁਮ ਕਿਰਪਾਲ ਦੁਖ ਦੁੰਦ ਬਿਦਾਰੀ ਤੁਸੀਂ ਕਿਰਪਾਲੂ ਓ ਮਹਾਰਾਜ ਸਾਡੇ ਸਾਰੇ ਦੁੱਖਾਂ ਦਾ ਨਾਸ਼ ਕਰਨ ਵਾਲੇ ਹੋ ਜੇ ਇਸ ਸਮਾਂ ਆਣ ਹੀ ਬਣੇ ਤੇ ਜੇ ਮਹਾਰਾਜ ਇਦਾਂ ਦਾ ਸਮਾਂ ਆਣ ਵੀ ਬਣੇ ਦੁਸ਼ਮਣਾਂ ਦੀ ਫੌਜ ਆ ਵੀ ਜਾਵੇ ਛੱਡ ਕੇ ਸੰਗ ਆਪਕੇ ਹੋਏ ਰਿ ਪਹਨੈ ਤੇ ਜਿਵੇਂ ਸਾਡੇ ਦਾਦਾ ਜੀ ਗੁਰੂ ਆਰਗੋਬਿੰਦ ਸਾਹਿਬ ਨਾਲ ਰੜ ਕੇ ਵੈਰੀਆਂ ਨਾਲ ਲੜੇ ਸੀ ਅਸੀਂ ਤੁਹਾਡੇ ਨਾਲ ਰੜ ਕੇ ਦੁਸ਼ਮਣਾਂ ਦਾ ਮੁਕਾਬਲਾ ਕਰਾਂਗੇ ਮਹਾਰਾਜ ਅਸੀਂ ਪਿੱਛੇ ਨਹੀਂ ਹਟਾਂਗੇ ਵੇਖੋ ਇਹ ਵੀ ਗੁਰੂ ਕੇ ਸਿੱਖ ਨੇ ਗੁਰੂ ਕੇ ਲਾਲ ਹਨ ਨਹਿਰਾ ਵਰ ਕੋ ਤਿਆਗੇ ਸੰਗ ਅਸੀਂ ਆਪ ਜੀ ਦਾ ਸੰਗ ਨਹੀਂ ਤਿਆਗਾਂਗੇ ਕਦੇ ਨਹੀਂ ਤਿਆਗਾਂਗੇ ਤੁਸੀਂ ਕਿਰਪਾ ਰੱਖਿਓ ਸਤਿਗੁਰੂ ਜੀ ਤੁਰਕਨ ਸੰਗ ਕਰੇ ਇਮ ਜੰਗ ਅਸੀਂ ਨਾ ਤੁਰਕਾਂ ਨਾਲ ਜੰਗ ਲੜਾਂਗੇ ਯੁੱਧ ਲੜਾਂਗੇ ਇਤਿਆਦਿਕ ਬੇਨਤੀ ਸੁਨ ਕਾਨ ਜਦੋਂ ਚੌਧਰੀ ਸ਼ਮੀਰ ਜੀ ਹੋਣਾ ਨੇ ਇਦਾਂ ਸਤਿਗੁਰਾਂ ਨੂੰ ਬੇਨਤੀ ਕੀਤੀ ਕਲਗੀ ਤਰਪਾਤ ਸ਼ਾਹ ਜੀ ਨੇ ਇਹਨਾਂ ਦੀਆਂ ਬੇਨਤੀਆਂ ਸੁਣੀਆਂ ਗੁਰੂ ਗਰੀਬ ਨਿਵਾਜ ਸੋ ਜਾਨ ਗਰੀਬਾਂ ਨੂੰ ਨਿਵਾਜਣ ਵਾਲੇ ਨਮਾਣਿਆਂ ਦੇ ਨਮਾ ਮਾਣ ਨੇ ਤਾਂਿਆਂ ਦੇ ਤਾਣ ਕਲਗੀਆਂ ਵਾਲੇ ਗਰੀਬ ਨਵਾਜ ਸਵਾਮੀ ਜੀ ਚਲੇ ਸੰਗ ਤਿੰਨ ਕੈ ਬੋ ਮਾਨਿਓ ਔਰ ਇਹਨਾਂ ਦੀ ਬੇਨਤੀ ਮੰਨ ਕੇ ਸਤਿਗੁਰੂ ਜੀ ਇਹਨਾਂ ਦੇ ਨਾਲ ਇਹਨਾਂ ਦੇ ਪਿੰਡ ਦੀਨੇ ਨੂੰ ਚੱਲ ਪਏ ਪਿਛੇ ਪੁਰ ਜਨ ਪੁੰਜ ਪਿਆਨਿਓ ਪਿਛੇ ਜਿੰਨੇ ਨਗਰ ਨਿਵਾਸੀ ਸਨ ਉਹ ਨਾਲ-ਨਾਲ ਚੱਲ ਪਏ ਪਹੁੰਚੇ ਗ੍ਰਾਮ ਵਿਖੇ ਤਵ ਜਾਏ ਔਰ ਦੀਨੇ ਨਗਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਲੈ ਕੇ ਪਹੁੰਚੇ ਨਰ ਨਾਰੀ ਦਰਸ਼ਨ ਨ ਕੋ ਪਾਏ ਬਿਆੰਤ ਨਰ ਨਾਰੀਆਂ ਸਤਗੁਰੂ ਜੀ ਦੇ ਦਰਸ਼ਨ ਕਰਦੇ ਹਨ ਕਾਚੇ ਸਦਨ ਹੁਤੇ ਸਭ ਕੇਰੇ ਖਾਲਸਾ ਜੀ ਸਾਰੇ ਨਗਰ ਵਿੱਚ ਕੱਚੇ ਮਕਾਨ ਸਾਨੂੰ ਨਹੀਂ ਦਿਨੇ ਆ ਕੁਝ ਦਹਾਕੇ ਪਹਿਲਾਂ ਤੱਕ ਆਮ ਕਰਕੇ ਪਿੰਡਾਂ ਨਗਰਾਂ ਦੇ ਵਿੱਚ ਕੱਚੇ ਮਕਾਨ ਨਹੀਂ ਸਨ ਤੇ ਕਹਿੰਦੇ ਜਦੋਂ ਦੀਨੇ ਆਏ ਤੇ ਸਾਰਾ ਪਿੰਡ ਕੱਚਾ ਸੀ ਕੱਚੇ ਮਕਾਨ ਸਨ ਇਤ ਉਤਾਰਨ ਕੇ ਨੀਕੋ ਹੇਰੇ ਇਹਨਾਂ ਵੇਖਿਆ ਵੀ ਕੋਈ ਵਧੀਆ ਥਾਂ ਹੋਵੇ ਜਿੱਥੇ ਸਤਗੁਰਾਂ ਦਾ ਉਤਾਰਾ ਕਰਾਈਏ ਜਿੱਥੇ ਰਹਿੰਦੇ ਸੀ ਸ਼ਮੀਰ ਜੀ ਉਹਨੀਆਂ ਦੇ ਵੀ ਮਕਾਨ ਕੱਚੇ ਹੀ ਸਨ ਇਨਾ ਆਖਿਆ 6ਵੇਂ 10ਵੇਂ ਪਾਤਸ਼ਾਹ ਦਾ ਕਿਤੇ ਵਧੀਆ ਥਾਂ ਤੇ ਉਤਾਰਾ ਕਰਾਈਏ ਇੱਕ ਤਖਾਨ ਕੋ ਧਾਮ ਨਿਹਾਰਾ ਨਗਰ ਦੇ ਵਿੱਚ ਇੱਕ ਤਰਖਾਨ ਵੀਰ ਦਾ ਘਰ ਸੀ ਤਿਸ ਪਰ ਚਾਰੂ ਰੱਚਿਓ ਚਵਾਰਾ ਉਹਨੇ ਨਾ ਉੱਤੇ ਚਵਾਰਾ ਬਣਾਇਆ ਹੋਇਆ ਬੜਾ ਸੋਹਣਾ ਘਰ ਦੇ ਉੱਤੇ ਤੇ ਹੈ ਤਾਂ ਭਵੇਂ ਕੱਚਾ ਹੀ ਸੀ ਪਰ ਉੱਤੇ ਚਵਾਰਾ ਬਣਾਇਆ ਹੋਇਆ ਸੀ ਉਹਨੇ ਚਵਾਰਾ ਬੜਾ ਸੋਹਣਾ ਵਾਲੇ ਦਵਾਲਿਓ ਰੋਸ਼ਨੀ ਵਾਲਾ ਤੇ ਹਵਾਦਾਰ ਸੀ ਸੋਪਸਿੰਧ ਉਤਰਨ ਕੇ ਦੇਖਾ ਸਤਗੁਰੂ ਜੀ ਨੂੰ ਪਸੰਦ ਵੀ ਆ ਗਈ ਉਹ ਜਗਾ ਪਾਤਸ਼ਾਹ ਜੀ ਨੂੰ ਉਹ ਚਵਾਰਾ ਪਸੰਦ ਆਇਆ ਰਹਿਣ ਲਈ ਪਾਵਨ ਲੀਪਨ ਕੀਨ ਵਿਸ਼ੇਖਾ ਉਹਨੂੰ ਚੰਗੀ ਤਰ੍ਹਾਂ ਲਿਪ ਪੋਚ ਕੇ ਇਹਨਾਂ ਨੇ ਐਨ ਸਾਫ ਸਫਾਈ ਕੀਤੀ ਵੀ ਸਤਗੁਰਾਂ ਉਤਰਨਾ ਆਮ ਕਰਕੇ ਪੋਚਾ ਫੇਰਿਆ ਜਾਂਦਾ ਸੀ ਮਿੱਟੀ ਦਾ ਬਣਾ ਕੇ ਨਾ ਉਹ ਲੀਪ ਪੋਚਾ ਜਿਹੜਾ ਸੀ ਉਹ ਮਿੱਟੀ ਦੇ ਨਾਲ ਉਹਨੂੰ ਚੰਗੀ ਤਰ੍ਹਾਂ ਕਮਰੇ ਨੂੰ ਲਿਪਿਆ ਸੁੰਦਰ ਆਨ ਪ੍ਰਿਆੰਕ ਡਸਾਵਾ ਉਸ ਜਵਾਰੇ ਚ ਸੋਹਣਾ ਜਿਹਾ ਪਲੰਗਾ ਲਿਆ ਕੇ ਡਾਇਆ ਵਿਛਾਇਆ ਬਿਸਦ ਵਿਚੋਨੇ ਤੇ ਸਭ ਛਾਵਾ ਔਰ ਤੇ ਚਿੱਟੇ ਰੰਗ ਦਾ ਵਿਛੋਣਾ ਵਿਛਾਇਆ ਯਾਤੇ ਉਤਰ ਚੜੇ ਤਿਸ ਜਾਏ ਸਤਗੁਰੂ ਘੋੜੇ ਤੋਂ ਲੱਥ ਕੇ ਚੁਬਾਰੇ ਤੇ ਜਾ ਚੜੇ ਬੈਠ ਗਏ ਸਤਗੁਰ ਸਤ ਪਾਏ ਔਰ ਸੁੱਤੇ ਸਿੱਧ ਮਹਾਰਾਜ ਉਸ ਚੁਬਾਰੇ ਦੇ ਅੰਦਰ ਪਲੰਗੇ ਤੇ ਜਿੱਥੇ ਸਹਿਬਦਾਸਣ ਲੱਗਾ ਸਜ ਗਏ ਤੀਨੋਂ ਸਿੰਘ ਸਮੀਪੀ ਤਿਰੇ ਭਾਈ ਦਇਆ ਸਿੰਘ ਧਰਮ ਸਿੰਘ ਤੇ ਭਾਈ ਮਾਨ ਸਿੰਘ ਜੀ ਤਿੰਨੇ ਸਿੰਘ ਮਹਾਰਾਜ ਅੱਜੀ ਦੇ ਕੋਲ ਰਹੇ ਸੁਣ ਸੁਣ ਨਰ ਨਾਰੀ ਮੁੱਧ ਪਰੇ ਨਗਰ ਦੇ ਜਿਤਨੇ ਨਰ ਨਾਰੀਆਂ ਸੁਣਦੇ ਨੇ ਕਿ ਕਲਗੀਆਂ ਵਾਲੇ ਸਵਾਮੀ ਜੀ ਆਏ ਨੇ ਸੁਣਦਿਆਂ ਸਾਰਿਆਂ ਦੇ ਹਿਰਦਿਆਂ 'ਚ ਚਾ ਚੜਦਾ ਖੁਸ਼ੀ ਦੇ ਨਾਲ ਕਿਉਂਕਿ ਸਾਰਾ ਨਗਰ ਗੁਰਸਿੱਖਾਂ ਦਾ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਸਿੱਖੀ ਦਾ ਬੀਜ ਬੀਜ ਗਏ ਸਨ ਇਸ ਇਲਾਕੇ ਵਿੱਚ ਤੋ ਸਿੱਖਾਂ ਨੂੰ ਚਾ ਚੜ ਗਿਆ ਸਤਿਗੁਰਾਂ ਦੇ ਦਰਸ਼ਨਾਂ ਦਾ ਦਰਸ਼ਨ ਹਿੱਤੇ ਆਏ ਸਮੁਦਾਏ ਸਾਰੇ ਵਾਰੋ ਵੇਰੀ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਉਣ ਲੱਗੇ ਹਮ ਹੁਮਾ ਕੇ ਵਹੀਰਾ ਘੱਤ ਕੇ ਘਰੇ ਉਪਾਇਨ ਬੰਦੇ ਪਾਏ ਔਰ ਸਤਿਗੁਰਾਂ ਦੇ ਚਰਨਾਂ ਤੇ ਬੰਦਨਾ ਕਰਦੇ ਮੱਥਾ ਟੇਕਦੇ ਨਮਸਕਾਰਾ ਕਰਦੇ ਹਨ ਤਨ ਪਾਗ ਸ਼ੀਰ ਗੁਰ ਗ੍ਰਹਿ ਆਏ ਪਾਏ ਕਿਰਤਾਰਥ ਬਿਗਨ ਮਿਟਾਏ ਸਿੱਖ ਮੱਥਾ ਟੇਕਦੇ ਨਾਲੇ ਕਹਿੰਦੇ ਸਾਡੇ ਧਨ ਭਾਗ ਆਹੋ ਭਾਗ ਮੇਰੇ ਪ੍ਰਭੂ ਦਰਸ ਪਾਏ ਸਾਡੇ ਵੱਡੇ ਭਾਗ ਕਿ ਸਾਡੇ ਘਰ ਆਪ ਘਰ ਵਿੱਚ ਆ ਕੇ ਸਤਿਗੁਰੂ ਜੀ ਦੇ ਦਰਸ਼ਨ ਸਾਨੂੰ ਪ੍ਰਾਪਤ ਹੋ ਰਹੇ ਕਿਡੇ ਵੱਡੇ ਭਾਗ ਹਨ ਸਾਡੇ ਕਿ ਖੁਦਾ ਪਾਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਘਰਦਰਸ਼ਨ ਦਿੱਤੇ ਹਨ ਪਾਏ ਕਿਰਤਾਰਤ ਬਿਗਨ ਮਿਟਾਏ ਸਾਨੂੰ ਸਤਿਗੁਰਾਂ ਨੇ ਕਿਰਤਾਰਥ ਕਰ ਦਿੱਤਾ ਹੈ ਸਾਡੇ ਬਿਗਨ ਮਿਟਾ ਦਿੱਤੇ ਨੇ ਸਤਿਗੁਰੂ ਕਲਗੀਧਰ ਜੀ ਨੇ ਬੈਠੇ ਕਨੇ ਆਏ ਬੜ ਪੀਰਾ ਬਹੁਤ ਸਾਰੀ ਸੰਗਤ ਆ ਕੇ ਸਤਿਗੁਰਾਂ ਦੇ ਕੋਲ ਸਜ ਗਈ ਭੀੜ ਹੋ ਗਈ ਨਰ ਨਾਰੀ ਦਰਸੇ ਥਿਰ ਤੀਰਾ ਔਰ ਬਿਆੰਤ ਨਰ ਨਾਰੀਆਂ ਸਤਿਗੁਰਾਂ ਦੇ ਦਰਸ਼ਨ ਕਰਦੇ ਨੇ ਕੋਲ ਖਲੋ ਕੇ ਦੁੱਗਦ ਆਨ ਕਰ ਗਨ ਮਿਸ਼ਟਾਨ ਸਾਲਸਾ ਜੀ ਘਰਾਂ ਵਿੱਚ ਦੁੱਧ ਦਹੀਂ ਆਮ ਕਰਕੇ ਹੁੰਦੇ ਸਿੱਖਾਂ ਦੇ ਕੋਈ ਦੁੱਧ ਲਿਆ ਕੇ ਭੇਟ ਕਰ ਰਿਹਾ ਹੈ ਗੁਰੂ ਕੇ ਲੰਗਰ ਵੀ ਚੱਲਣੇ ਸੰਗਤ ਬੇਨਤ ਆਉਂਦੀ ਤੇ ਲੰਗਰ ਵੀ ਚੱਲਣੇ ਸਾਨ ਤੋਂ ਲੰਗਰਾਂ ਵਾਸਤੇ ਕੋਈ ਦੁੱਧ ਲੈ ਕੇ ਆ ਰਿਹਾ ਹੈ ਕੋਈ ਦਹੀਂ ਲੈ ਕੇ ਆ ਰਿਹਾ ਹੈ ਕੋਈ ਮਠਿਆਈਆਂ ਲੈ ਕੇ ਆ ਰਿਹਾ ਹੈ ਜਿਹੜੀ ਜਿਹੜਾ ਜਿਹੋ ਜਿਹੋ ਕਿਸੇ ਦਾ ਜਥਾ ਬਿੱਤ ਹੈ ਉਹਦੇ ਮੁਤਾਬਕ ਲਿਆ ਕੇ ਰਸਤਾ ਬਸਤਾ ਭੇਟ ਕਰਦੇ ਨੇ ਕਰਵਾਇਓ ਸਿੰਘਨ ਕੋ ਪਾਨ ਔਰ ਲੰਗਰ ਪ੍ਰਸ਼ਾਦਾ ਵਰਤਾਇਆ ਸਾਰੀ ਸੰਗਤ ਨੂੰ ਛਕਾਇਆ ਸਿੰਘਾਂ ਨੂੰ ਮਹਾਰਾਜ ਜੀ ਨੂੰ ਛਕਾਇਆ ਨਾਨਾ ਪਾਤ ਬਾਤ ਮਿਲ ਕਰਤੇ ਔਰ ਆਪੋ ਵਿੱਚ ਮਿਲ ਕੇ ਗੱਲਾਂ ਕਰਦੇ ਨੇ ਸਿੱਖ ਸ੍ਰੀ ਸਤ ਗੁਰ ਕੋ ਸੁਜਸ ਉਚਰਤੇ ਗੱਲ ਕੀ ਧਰ ਜੀ ਦੀ ਸੋਭਾ ਕਰਦੇ ਮਹਾਰਾਜ ਜੀ ਦਾ ਸੁਜਸ ਕਰਦੇ ਸਤਗੁਰਾਂ ਦੀਆਂ ਵਡਿਆਈਆਂ ਕਰਦੇ ਮਹਾਰਾਜ ਬਾਜਾ ਵਾਲੇ Swami ji ਨੇ ਬੜਾ ਧਰਸ ਕੀਤਾ ਸਾਡੇ ਤੇ ਬੜੀ ਕਿਰਪਾ ਕੀਤੀ ਹੈ ਇਦਾਂ ਸਤਗੁਰਾਂ ਦਾ ਸੁਜਸ ਕਰਦੇ ਨੇ ਦੀਨੇ ਤੇ ਕਾਂਗੜ ਦੇ ਇਲਾਕੇ ਦੇ ਜਿਹੜੇ ਲੋਕ ਹਨ ਇਸੀ ਰੀਤ ਸੰਧਿਆ ਹੋਏ ਆਈ ਇਸੇ ਤਰ੍ਹਾਂ ਖਾਲਸਾ ਜੀ ਦਿਨ ਬੀਤ ਗਿਆ ਸੰਧਿਆ ਦਾ ਵੇਲਾ ਹੋ ਗਿਆ ਸੋਦਰ ਦਾ ਸਮਾ ਗਮਨੇ ਨਰ ਨਾਰੀ ਨਿਜ ਥਾਈ ਤੋ ਸੰਧਿਆ ਸਮੇ ਸਭ ਨੇ ਸੋਦਰ ਆਰਤੀ ਗਾਵਿਆ ਤੇ ਆਪੋ ਆਪਣੇ ਘਰਾਂ ਨੂੰ ਪ੍ਰਸਥਾਨ ਹੋ ਗਏ ਜਿੱਥੇ ਜਿੱਥੋਂ ਆਏ ਟਿਕਾਣਿਆਂ ਤੇ ਚਲੇ ਗਏ ਦੋਹਰਾ ਉੱਚਕ ਪ੍ਰਸੰਗ ਹੈ ਰਾਏ ਕੋ ਦੈ ਗੁਰੂ ਤਰਵਾਰ ਹੁਣ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਥੋੜਾ ਜਿਹਾ ਪ੍ਰਸੰਗ ਰਾਏ ਕੱਲਾ ਜੀ ਦਾ ਵੀ ਸੁਣਾ ਦਿਆਂ ਜਿਨ੍ਹਾਂ ਨੂੰ ਸਤ ਗੁਰੂ ਜੀ ਨੇ ਤਲਵਾਰ ਬਖਸ਼ੀ ਸੀ ਤੇ ਤਲਵਾਰ ਲੈ ਕੇ ਘਰ ਗਏ ਤੇ ਕਿਵੇਂ ਸੇਵਾ ਟਹਿਲ ਕਰਦੇ ਰਹੇ ਉਹ ਪ੍ਰਸੰਗ ਵੀ ਸਰੋਤਾ ਜਨੋ ਭਾਈ ਸਾਹਿਬ ਕਹਿੰਦੇ ਮੈਂ ਆਪ ਜੀ ਨੂੰ ਸੁਣਾਉਂਦਾ ਹਾਂ ਸੁਨਿਏ ਸਰੋਤਾ ਪ੍ਰੀਤ ਤਰ ਕਰਹੁ ਅਬੇ ਉਚਾਰ ਐ ਗੁਰੂ ਕੀ ਕਥਾ ਸੁਣਨ ਵਾਲਿਓ ਸਰੋਤਿਓ ਧਿਆਨ ਨਾਲ ਪ੍ਰੇਮ ਨਾਲ ਸੁਣੋ ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਹੀ ਇਹ ਪ੍ਰਸੰਗ ਕਹੀਏ ਕਿ ਕਿਵੇਂ ਰਾਏ ਕੱਲੇ ਨੂੰ ਜਿਹੜੀ ਤਲਵਾਰ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਉਹ ਤਲਵਾਰ ਕਿਵੇਂ ਇਹਨਾਂ ਦੇ ਰਾਜ ਭਾਗ ਦੀ ਰਾਖੀ ਕਰਦੀ ਰਹੀ ਉਹ ਕਥਾ ਆਪ ਦੀ ਸੁਣੋ ਜੋ ਪਈ ਹਰ ਕਿਉ ਰਾਏ ਸਦਨ ਲੈ ਆਇਓ ਸਤਿਗੁਰੂ ਜੀ ਤਾਂ ਉਧਰ ਦੀਨੇ ਨੂੰ ਚਲੇ ਗਏ ਤੇ ਰਾਏ ਕੱਲਾ ਮਹਾਰਾਜ ਜੀ ਦੀ ਉਹ ਤਲਵਾਰ ਲੈ ਕੇ ਆਪਣੇ ਨਗਰ ਆਪਣੇ ਘਰ ਆ ਗਿਆ ਸੁੰਦਰ ਇੱਕ ਪ੍ਰਯੰਕ ਦਸਾਇਓ ਇਹ ਤਲਵਾਰ ਲੈ ਕੇ ਨਾ ਸਿਰ ਤੇ ਰੱਖੀ ਲਿਆਇਆ ਤਲਵਾਰ ਬੜੇ ਸਤਕਾਰ ਨਾਲ ਇਹ ਮੇਰੇ ਰਾਜ ਤੇਜ ਦੀ ਰਾਖੀ ਕਰਨ ਵਾਲੀ ਹੈ ਕਾਰ ਆ ਕੇ ਨਵਾਂ ਪਲੰਗਾ ਬਣਵਾਇਆ ਨਵਾਂ ਸੋਹਣਾ ਪਲੰਗਾ ਬਣਵਾ ਕੇ ਉਹ ਡਾਇਆ ਚਾਰੂ ਵਿਚੋਂ ਨਾ ਉੱਪਰ ਛਾਏ ਉਹਦੇ ਤੇ ਨਵਾਂ ਵਿਛੋਣਾ ਉਹ ਉੱਤੇ ਵਿਛਾਇਆ ਪੂਜਨ ਸੋਜ ਲਿਆਏ ਸਮੁਦਾਏ ਉੱਤੇ ਚੰਦਵਾ ਤਾਣਿਆ ਪੂਜਨ ਦੀ ਸਮੱਗਰੀ ਜਿਹੜੀ ਸੀ ਉਹ ਲਿਆਂਦੀ ਅਤਰ ਫੂਲ ਕੀ ਮਾਲ ਬਿਸਾਲਾ ਅਤਰ ਲਿਆਂਦਾ ਸੁਗੰਧੀ ਵਾਲਾ ਉੱਤੇ ਛਿੜਕਣ ਲਈ ਬਿਸਤਰੇ ਤੇ ਔਰ ਫੁੱਲਾਂ ਦੀ ਮਾਲਾ ਲੈ ਕੇ ਆਏ ਚੰਦਨ ਅਤ ਸੁੰਦਰ ਗੰਧਾਲਾ ਤੇ ਚੰਦਨ ਦੇ ਸਹਿਤ ਸੁਗੰਧੀ ਵਾਲੀਆਂ ਜਿਹੜੀਆਂ ਵਸਤੂਆਂ ਹੁੰਦੀਆਂ ਉਹਦਾ ਚਰਚਣ ਕੀਤਾ ਤੇ ਤਲਵਾਰ ਉੱਤੇ ਰੱਖੀ ਧੂਪ ਤੁਖਾਏ ਆਰਤੀ ਕੀਨ ਧੂਪ ਤੁਖਾ ਕੇ ਦੀਵਾ ਬਾਲ ਕੇ ਆਰਤੀ ਕੀਤੀ ਤਲਵਾਰ ਦੀ ਚੰਦਨ ਚਰਚਿਤ ਸੁਮਨ ਸਲੀਨ ਉੱਤੇ ਚੰਦਨ ਦਾ ਚਰਚਣ ਕੀਤਾ ਤੇ ਫੁੱਲਾਂ ਦੀ ਵਰਖਾ ਕੀਤੀ ਤਿਸ ਪ੍ਰਿਆੰਕ ਪਰਖ ਰਗਟਕਾਇਓ ਉਸ ਪਲੰਗੇ ਦੇ ਉੱਤੇ ਪਹਿਲਾ ਪਲੰਗਾ ਚੰਗੀ ਤਰ੍ਹਾਂ ਸਜਾ ਕੇ ਫਿਰ ਉਹਦੇ ਤੇ ਉਹ ਖੜਕ ਜਿਹੜੀ ਕਲਗੀਧਰ ਜੀ ਨੇ ਤਲਵਾਰ ਦਿੱਤੀ ਸੀ ਉਹ ਤਲਵਾਰ ਉਹ ਕਿਰਪਾਨ ਫਿਰ ਉਸ ਪਲੰਗੇ ਦੇ ਉੱਤੇ ਟਿਕਾ ਦਿੱਤੀ ਪੂਜੇ ਸਰਦਾ ਭਾਵ ਵਧਾਇਓ ਸਵੇਰੇ ਸ਼ਾਮ ਦੋਵੇਂ ਵੇਲੇ ਰਾਏ ਕੱਲਾ ਜਾ ਕੇ ਨਾ ਇੱਥੇ ਅੰਦਰ ਮੱਥਾ ਟੇਕਦਾ ਨਾਲੇ ਸ੍ਰੀ ਸਾਹਿਬ ਦੀ ਪੂਜਾ ਕਰਦਾ ਨਾਲੇ ਕਲਗੀਧਰ ਜੀ ਦਾ ਧਿਆਨ ਧਾਰਦਾ ਦੀਪਕ ਕ੍ਰਿਤ ਪਾਏ ਨਿਤ ਜਾਰੇ ਰੋਜ ਦੇਸੀ ਘੋ ਪਾ ਕੇ ਦੀਵਾ ਜਗਾਉਂਦਾ ਕੋਲ ਨਿਤਈ ਫੂਲ ਮਾਲ ਕੋ ਚਾਰੇ ਰੋਜ ਬਿਨਾ ਨਾਗਾ ਫੁੱਲਾਂ ਦੀ ਮਾਲਾ ਲਿਆਉਂਦਾ ਸੇਹਰਾ ਲੈ ਕੇ ਉਹ ਆ ਕੇ ਸ਼੍ਰੀ ਸਾਹਿਬ ਤੇ ਚੜੋਂਦਾ ਹੀਨ ਖਾਫ ਕੀ ਤੂਲ ਰਜਾਈ ਸਿਆਲਾਂ ਦੇ ਦਿਨ ਸੀ ਕਹਿੰਦੇ ਰਜਾਈ ਲੈ ਕੇ ਆਇਆ ਇਹ ਵੇਖੋ ਹੁਣ ਤਲਵਾਰ ਨੂੰ ਕੋਈ ਠੰਡ ਥੋੜੀ ਲੱਗਦੀ ਹੈ ਭਾਵਨਾ ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਖਸ਼ੀ ਹੈ ਕਹਿੰਦੇ ਇੱਕ ਸੋਹਣੀ ਵਧੀਆ ਰਜਾਈ ਜਿਹੜੀ ਹੈ ਉਹ ਲਿਆਂਦੀ ਉੱਤੇ ਸਿਆਲਾਂ ਦੇ ਦਿਨ ਜਾਣ ਕੇ ਤੇ ਉੱਤੇ ਉਹ ਰਜਾਈ ਪਾਉਂਦਾ ਹੈ ਹਿਮਰੁੱਤ ਮੈਂ ਅਸ ਉਪਰ ਪਾਈ ਜਦੋਂ ਸਿਆਲ ਦਾ ਸਮਾਂ ਸੀ ਉਦੋਂ ਰਜਾਈ ਉੱਤੇ ਪਾਈ ਰਹੀਂ ਅੰਗੀਠੀ ਆਗੇ ਤਰੀ ਦੇਖੋ ਭਾਵਨਾ ਦੀ ਹੱਦ ਨਹੀਂ ਹੁੰਦੀ ਗੁਰੂ ਖਾਲਸਾ ਜੀ ਕਹਿੰਦੇ ਜਿੱਥੇ ਉੱਤੇ ਰਜਾਈ ਪਾਈ ਤੇ ਇੱਕ ਅੰਗੀਠੀ ਵਾਲ ਕੇ ਵੀ ਕੋਲ ਰੱਖ ਦਿਆ ਕਰੇ ਖੰਡ ਦੇ ਸਮੇਂ 'ਚ ਅੰਗੀਠੀ ਬਾਲ ਕੇ ਵੀ ਇਹ ਜਾਣੇ ਵੀ ਇਹ ਤਲਵਾਰ ਨਾਲ ਕਲਗੀ ਧਰ ਜੀ ਆਪ ਹਾਜ਼ਰ ਨੇ ਇੱਥੇ ਇਹ ਭਾਵਨਾ ਸੀ ਭਾਵਨਾ ਦਾ ਗੁਰੂ ਖਾਲਸਾ ਜੀ ਕਿਸੇ ਤਰਕ ਨਾਲ ਕਿਸੇ ਪੈਮਾਨੇ ਨਾਲ ਕਿਸੇ ਵੀ ਪ੍ਰਕਾਰ ਨਾਲ ਭਾਵਨਾ ਨੂੰ ਮਾਪਿਆ ਤੋਲਿਆ ਨਹੀਂ ਜਾ ਸਕਦਾ ਤਰਕ ਕਰੋਗੇ ਤੇ ਸਭ ਕੁਝ ਕਟਿਆ ਜਾਏਗਾ ਜਦੋਂ ਉੱਤੇ ਰਜਾਈ ਪਾਉਂਦਾ ਫਿਰ ਨਾਲ ਅੰਗੀਠੀ ਰੱਖਦਾ ਬਾਲ ਕੇ ਫਿਰੇ ਚੋਰ ਸੁੰਦਰ ਸਭ ਕਰੀ ਔਰ ਇਹ ਬਕਾਇਦਾ ਨੌਕਰ ਰੱਖੇ ਨੇ ਉਹ ਸਾਰਾ ਦਿਨ ਚੋਰ ਚਲਾਉਂਦੇ ਆ ਸ਼੍ਰੀ ਸਾਹਿਬ ਤੇ ਸਾਰਾ ਦਿਨ ਚਵਰ ਚੁਲਾਇਆ ਜਾਂਦਾ ਹੈ ਗ੍ਰੀਮਖ ਰੁੱਤ ਮੈਂ ਪੋਸ਼ਿਸ਼ ਤਰੀ ਜਦੋਂ ਗ੍ਰੀਖਮ ਦੀ ਰੁੱਤ ਹੁੰਦੀ ਗਰਮੀਆਂ ਦੇ ਦਿਨ ਹੁੰਦੇ ਨੇ ਤੇ ਪਤਲੇ ਕੱਪੜੇ ਵੀ ਪਤਲਾ ਜਿਹਾ ਚਾਦਰ ਹੋਵੇ ਵੀ ਉਦਾਂ ਦੀ ਲਿਆ ਕੇ ਜਿਹੜੀ ਪਤਲੀ ਚਾਦਰ ਹੈ ਪਟ ਬਨਾਰਸੀ ਦੁਪੱਟਾ ਜ਼ਰੀ ਜਿਹੜਾ ਬਨਾਰਸੀ ਦੁਪੱਟਾ ਹੁੰਦਾ ਹੈ ਨਾ ਉਹ ਪਤਲਾ ਜਿਆ ਹੁੰਦਾ ਉਹ ਲਿਆ ਕੇ ਉੱਤੇ ਸ੍ਰੀ ਸਾਹਿਬ ਤੇ ਪਾਉਂਦਾ ਕਨੀ ਸੁਗੰਧ ਅਤਰ ਤੇ ਆਦ ਫਿਰ ਉੱਥੇ ਸੁਗੰਧੀ ਦਾ ਚਰਚਣ ਕਰਨਾ ਅਤਰ ਤੇ ਫੁਲੇਲ ਪਾਉਣਾ ਨਿਤ ਪ੍ਰਤ ਪੂਜੇ ਕਰੈ ਲਾਦ ਨਿਤਾ ਰਾਏ ਕੱਲਾ ਜੀ ਨਿਤਾ ਪ੍ਰਤੀ ਸਾਧਗੁਰਾਂ ਦੀ ਬਖਸ਼ੀ ਸ੍ਰੀ ਸਾਹਿਬ ਦੀ ਪੂਜਾ ਕਰਦੇ ਨੇ ਬਾਯੂ ਕਰੇ ਬਿਜਨਾ ਕੋ ਫੇਰੈ ਗਰਮੀਆਂ ਦੇ ਦਿਨਾਂ ਚਾਪ ਵੀ ਪੱਖਾ ਚੱਲਦਾ ਫਿਰ ਜੇ ਆਪ ਨਾ ਹੋਵੇ ਤੇ ਨੌਕਰ ਲਾ ਹੋਏ ਨੇ ਉਹ ਪੱਖਾ ਚੱਲਦੇ ਐ ਕੋਲ ਬੈਠੇ ਨਾਲ ਪੱਖਾ ਝੱਲ ਕੇ ਸੇਵਾ ਕਰਦੇ ਹਨ ਇਸ ਵਿਦ ਧਾਰੇ ਪਾਓ ਬਡੇਰੇ ਔਰ ਬੜੀ ਭਾਵਨਾ ਰੱਖਦੇ ਰਾਏ ਕੱਲਾ ਜੀ ਅੱਜ ਵੀ ਤਖਤ ਸਹਿਬਾਨਾ ਦੇ ਉੱਤੇ ਸ੍ਰੀ ਜਿਹੜੇ ਸ਼ਸਤਰ ਪ੍ਰਕਾਸ਼ ਹੁੰਦੇ ਉਹਨਾਂ ਤੇ ਵੀ ਚਬਰ ਝੁਲਦਾ ਹੈ ਤਖਤ ਸ੍ਰੀ ਹਜੂਰ ਸਾਹਿਬ ਆਪ ਜੀ ਦਰਸ਼ਨ ਕਰਦੇ ਹੋ ਬਖਾਇਦਾ ਜਥੇਦਾਰ ਸਾਹਿਬ ਉਹਨਾਂ ਸ਼ਸਤਰਾਂ ਦਾ ਪ੍ਰਕਾਸ਼ ਕਰਦੇ ਆ ਸੁਖਾਸਣ ਕਰਦੇ ਆ ਸਵੇਰੇ ਸ਼ਾਮ ਔਰ ਪੂਜਾ ਅਰਚਨਾ ਵੀ ਹੁੰਦੀ ਹੈ ਸਮੁੱਚੇ ਖਾਲਸੇ ਪੰਥ ਵਿੱਚ ਇਹ ਮਰਿਆਦਾ ਹੈ ਧੁਰਾਏ ਕੱਲਾ ਜੀ ਗਰਮੀਆਂ ਦੇ ਦਿਨ ਹੋਣੇ ਉਹਨਾਂ ਦੀ ਭਾਵਨਾ ਤੇ ਪਤਲੀ ਜਾਂ ਬਨਾਰਸੀ ਦੁਪੱਟਾ ਉੱਤੇ ਪਾ ਕੇ ਰਖਦੇ ਨਾਲੇ ਪੱਖਾ ਚੱਲਦੇ ਬੈ ਕੋ ਭੋਗ ਪਾਓ ਚਿਤ ਲੋਰ ਹਰ ਇੱਕ ਦੀ ਜ਼ਿੰਦਗੀ ਦੀ ਅਬਦ ਪੂਰੀ ਹੁੰਦੀ ਹੈ ਰਾਏ ਕੱਲਾ ਜੀ ਦਾ ਵੀ ਜੀਵਨ ਸਮਾਪਤ ਹੋਇਆ ਜਿੰਨੀ ਉਮਰ ਸੀ ਉਹ ਭੋਗ ਕੇ ਸੱਚਖੰਡ ਚਲੇ ਗਏ ਕੱਲੇ ਰਾਏ ਦਿਓ ਤਨ ਛੋੜ ਰਾਏ ਕੱਲਾ ਜੀ ਆਪਣਾ ਸਰੀਰ ਛੱਡ ਗਏ ਤਿਆਗ ਗਏ ਤਿਸ ਪਾਛੇ ਸੁਤ ਗਾਦੀ ਬੈਸਾ ਰਾਏ ਕੱਲੇ ਜੀ ਤੋਂ ਬਾਅਦ ਉਹਨਾਂ ਦਾ ਪੁੱਤਰ ਉਹਨਾਂ ਦੀ ਥਾਂ ਤੇ ਗੱਦੀ ਤੇ ਬੈਠਾ ਕਰਿਓ ਪਾਓ ਗੁਰ ਅਸਮੈ ਤੈਸਾ ਜਿਵੇਂ ਉਹਨਾਂ ਦਾ ਪਿਤਾ ਸੇਵਾ ਕਰਦਾ ਸੀ ਉਸੇ ਤਰ੍ਹਾਂ ਪੁੱਤਰ ਵੀ ਸੇਵਾ ਕਰਦਾ ਰਿਹਾ ਉਹਨੇ ਵੀ ਆਪਣੇ ਪਿਤਾ ਵਾਂਗੂ ਹੀ ਬੜੀ ਭਾਵਨਾ ਨਾਲ ਮਹਾਰਾਜ ਜੀ ਦੀ ਬਖਸ਼ੀ ਹੋਈ ਸ਼੍ਰੀ ਸਾਹਿਬ ਦੀ ਸੇਵਾ ਟਹਿਲ ਕੀਤੀ ਅਨਕ ਪਾਂਤ ਕੀ ਪੂਜਾ ਕਰੇ ਅਨਕ ਪਾਂਤ ਨਾਲ ਪੂਜਾ ਕੀਤੀ ਹੈ ਉਹ ਵੀ ਉਸੇ ਤਰ੍ਹਾਂ ਜਿਵੇਂ ਇਹਦੇ ਪਿਤਾ ਜੀ ਕਰਦੇ ਰਾਏ ਕੱਲਾ ਜੀ ਉਹ ਚਲੇ ਗਏ ਪਰਲੋਗ ਅਮਨ ਕਰ ਗਏ ਹੁਣ ਪੁੱਤਰ ਵੀ ਉਸੇ ਤਰ੍ਹਾਂ ਹੀ ਸੇਵਾ ਕਰਦਾ ਇਹਨ ਬਿਨ ਉਹੀ ਮਰਿਆਦਾ ਨਾਲ ਸੇਵਾ ਕਰਦਾ ਸੀਸ ਨਿਵਾਏ ਸ਼ਰਦਾ ਤਰੇ ਸੀਸ ਦਵਾਉਂਦਾ ਤੇ ਮਨ ਚ ਸ਼ਰਦਾ ਧਾਰਨ ਕਰਦਾ ਹੈ ਸੋ ਪੀ ਭੋਗ ਆਰ ਬਲ ਮਰਿਓ ਉਹ ਵੀ ਉਮਰ ਪੂਰੀ ਕਰ ਗਿਆ ਆਪਣੀ ਸਮਾ ਉਹਦੀ ਵੀ ਅਬਦ ਜਿੰਨੀ ਪਰਮੇਸ਼ਰ ਨੇ ਆਯੂ ਦਿੱਤੀ ਸੀ ਲੰਮੀ ਉਮਰ ਭੋਗ ਕੇ ਉਹ ਵੀ ਚਲਾ ਗਿਆ ਰਾਜ ਭਾਗ ਉਹਦੀ ਦੇਰ ਤੱਕ ਰਹਾ ਹਾਂਜੀ ਿਸ ਪੋਤਰਾ ਗਾਦੀ ਪਰ ਤੇਰਿਓ ਫਿਰ ਰਾਏ ਕੱਲਾ ਜੀ ਦਾ ਪੋਤਰਾ ਬੈਠਾ ਗੱਦੀ ਦੇ ਉੱਤੇ ਰਾਜ ਦੀ ਤਖਤ ਦੇ ਉੱਤੇ ਜਿਸ ਵੇਲੇ ਉਹਨਾਂ ਦਾ ਪੋਤਰਾ ਗੱਦੀ ਤੇ ਬੈਠਾ ਸੰਗਤ ਪਾਏ ਮੁਲਾਨਨ ਕੇਰੀ ਉਹਨੂੰ ਖੋਟੀ ਸੰਗਤ ਮਿਲ ਗਈ ਮੁਲਾਣਿਆਂ ਦੀ ਜਿਹੜੇ ਮੁੱਲਾ ਬੜੇ ਕਟੜ ਮੁਤਸਬੀ ਜੇ ਹੁੰਦੇ ਐ ਉਹਨਾਂ ਦੀ ਸੰਗਤ ਉਹਦੇ ਪੋਤਰੇ ਨੂੰ ਮਿਲ ਗਈ ਰਾਏ ਕੱਲਾ ਜੀ ਦੇ ਨੂੰ بگਰਿਓ ਸਰਦਾ ਕਟੀ ਕਨੇਰੀ ਉਹਦੇ ਮਨ ਚ ਸਰਦਾ ਜਿਹੜੀ ਸੀ ਉਹ ਮਿਟ ਗਈ ਉਹ ਥੋੜਾ ਸਮਾਂ ਤਾਂ ਕਰਦਾ ਰਿਹਾ ਸੇਵਾ ਤੇ ਮੁੱਲਿਆਂ ਨੇ ਆਖਿਆ ਤੂੰ ਆ ਕੀ ਕਰਦਾ ਕਾਫਰਾਂ ਵਾਂਗੂ ਇਹ ਤਾਂ ਕਾਫਰ ਕਰਦੇ ਐ ਇਦਾਂ ਪੂਜਾ ਕਰਨੀ ਦੀਵੇ ਜਗਾਉਣੇ ਫੁੱਲ ਭੇਟ ਕਰਨੇ ਤਲਵਾਰਾਂ ਵੀ ਪੂਜੀ ਦੀਆਂ ਪੱਲਾ ਉਹਨੇ ਆ ਕੇ ਸ਼ੰਕਾ ਕੀਤਾ ਤੇ ਇਹਦੇ ਮਨ 'ਚ ਵੀ ਸ਼ੰਕਾ ਪਾ ਦਿੱਤਾ ਕਿਉਂਕਿ ਖੋਟਿਆਂ ਦੀ ਸੰਗਤ ਕਰਕੇ ਉਹਨਾਂ ਦਾ ਰੰਗ ਆ ਹੀ ਜਾਂਦਾ ਹੈ। ਹਾਂਜੀ। ਮਿਲੈ ਤੁਰਕ ਗਨ ਤਰਕ ਉਚਾਰੈ। ਜਦੋਂ ਵੀ ਉਹ ਤੁਰਕ ਮਿਲਦੇ, ਮੌਲਵੀ ਮਿਲਦੇ ਇਹਦੇ ਤੇ ਤਰਕ ਕਰਦੇ। ਇਹਦੇ ਤੇ ਕਿੰਤੂ ਪਰੰਤੂ ਕਰਦੇ ਹਨ ਏ ਕਾਫਰ ਕੀ ਰੀਤ ਵਿਚਾਰੇ ਉਹ ਤਰਕ ਕਰਕੇ ਕਹਿੰਦੇ ਇਹ ਤਾਂ ਕਾਫਰਾਂ ਦੀ ਮਰਿਆਦਾ ਹੈ ਇਹ ਤਾਂ ਕਾਫਰ ਇਦਾਂ ਕਰਦੇ ਹਨ ਹਿੰਦੂ ਅਨ ਗੁਰ ਕੇ ਸਿੱਖ ਤੁਮ ਰਏ ਤੁਸੀਂ ਜਿਹੜੇ ਸਿੱਖਾਂ ਦੇ ਜਾਂ ਹਿੰਦੂਆਂ ਦੇ ਗੁਰੂ ਨੇ ਉਹਨਾਂ ਦੇ ਸਿੱਖ ਬਣ ਕੇ ਰਹਿ ਰਹੇ ਹੋ ਤੁਸੀਂ ਮੁਸਲਮਾਨ ਇਹ ਮਰਿਆਦਾ ਥੋੜੀ ਆ ਮੁਸਲਮਾਨਾਂ ਦੀ ਜਿਹੜੀ ਤੁਸੀਂ ਕਰ ਰਹੇ ਹੋ ਵਹਿਰ ਸ਼ਰਾਤੇ ਪੁਸ਼ਤਨ ਲੈ ਤੁਹਾਡੇ ਪਿਓ ਦਾਦੇ ਪੁਸ਼ਤਾਂ ਤੋਂ ਬਾਹਰ ਰਹੇ ਨੇ ਤੇ ਹੁਣ ਤੂੰ ਵੀ ਉਸੇ ਤਰ੍ਹਾਂ ਹੀ ਕਰ ਰਿਹਾ ਹੈ ਦੋਜ਼ਕ ਪਰੋ ਅਗਾਰੀ ਜਾਏ ਉਸੇ ਸ਼ਰਾ ਨੂੰ ਤਿਲਾਂਜਲੀ ਦਿੱਤੀ ਹੋਈ ਅੱਗੇ ਜਾ ਕੇ ਤੁਸੀਂ ਦੋਜ਼ਕਾਂ ਦੀ ਅੱਗ 'ਚ ਸੜੋਗੇ ਮੌਲਵੀਆਂ ਨੇ ਇਦਾਂ ਪਰਵਾ ਦਿੱਤਾ ਤਰਕ ਕਰਦੇ ਨਾਲੇ ਤਰਕ ਕਰਕੇ ਸ਼ਰਧਾ ਤੋੜ ਦੇ ਵੀ ਇਹ ਕੀ ਹੁੰਦਾ ਹੈ ਇਹ ਤਾਂ ਕੁਝ ਵੀ ਨਹੀਂ ਐ ਤਲਵਾਰ ਇੱਕ ਤੇ ਤਲਵਾਰਾਂ ਨੂੰ ਠੰਡ ਲੱਗਦੀ ਐ ਭਲਾ ਉੱਤੇ ਰਜਾਈ ਦਿੰਦੇ ਹੋਂ ਗੀਠੀ ਰੱਖਦੇ ਹੋ ਕੋਲ ਗਰਮੀਆਂ 'ਚ ਪੱਖਾ ਚੱਲਦੇ ਹੋ ਚਵਰ ਚਲਾਉਂਦੇ ਹੋ ਏਦਾਂ ਤਰਕਾਂ ਕੁਤਰਕਾਂ ਕਰ ਕਰਕੇ ਹੌਲੇ-ਹੌਲੇ ਕਰਕੇ ਇਹਦਾ ਜਿਹੜਾ ਮਨ ਸੀ ਉਹਦੇ 'ਚ ਵੀ ਸ਼ੰਕਾ ਪਾ ਦਿੱਤਾ ਕਿਆਮਤ ਮੈਂ ਤੁਮ ਲਾਓ ਸਜਾਏ ਕਹਿੰਦੇ ਤੁਹਾਨੂੰ ਅੱਗੇ ਦੋਜਕਾਂ ਦੀ ਅੱਗ 'ਚ ਸੜਨਾ ਪਵੇਗਾ ਕਿਆਮਤ ਦੇ ਰੋਜ਼ ਤੁਹਾਡਾ ਨਵੇੜਾ ਨਹੀਂ ਹੋਣਾ ਤੁਹਾਨੂੰ ਸਜ਼ਾ ਮਿਲੇਗੀ ਨੀਕੋ ਖੜਗ ਗਰੇ ਨਾ ਪਾਵੋ ਇਹਦਾ ਏਡੀ ਸੋਹਣੀ ਤਲਵਾਰ ਹੈ ਤੈਨੂੰ ਗਾਤਰੇ ਪਾਣੀ ਚਾਹੀਦੀ ਹੈ ਕਿ ਐਦਾਂ ਰੱਖ ਕੇ ਪੂਜਣੀ ਚਾਹੀਦੀ ਹੈ ਤਲਵਾਰ ਬੜੀ ਸੋਹਣੀ ਸੀ ਸਤਗੁਰਾਂ ਦੀ ਬੜੀ ਕੀਮਤੀ ਸ਼੍ਰੀ ਸਾਹਿਬ ਸੀ ਕਹਿਣ ਲੱਗੇ ਵੀ ਐਡੀ ਸੋਹਣੀ ਤੇ ਕੀਮਤੀ ਤਲਵਾਰ ਹੈ ਇਹ ਤਾਂ ਤੈਨੂੰ ਆਪਣੇ ਗਾਤਰੇ ਪਾਣੀ ਚਾਹੀਦੀ ਐ। ਨਿਸ ਦਿਨ ਤਾਰੇ ਪ੍ਰਯੰਕ ਪੂਜਾਵੋ। ਤੂੰ ਇਹਨੂੰ ਰੱਖ ਕੇ ਪਲਗੇ ਤੇ ਪੂਜਾ ਕਰਦਾ ਨਾਲੇ ਪੂਜਾ ਕਰੋ ਨਾ। ਕਦੇ ਤਲਵਾਰਾਂ ਦੀ ਵੀ ਪੂਜਾ ਹੋਈ ਐ। ਇਹ ਤਾਂ ਗਾਤਰੇ ਪਾਈ ਦੀਆਂ ਨੇ। ਤੂੰ ਇਹਦੀ ਰੱਖ ਕੇ ਪੂਜਾ ਕਰਦਾ। ਕਿਤਿਆਦਿਕ ਤੈ ਬਹੁ ਸਮਝਾਇਓ। ਇਹ ਤਾਂ ਇਹਨਾਂ ਕਾਜ਼ੀਆਂ ਮੁੱਲਿਆਂ ਨੇ ਕਹਿ ਕਹਿ ਕੇ ਕਰ 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 ਕੇ ਕਰ ਕਰ ਕੇ ਦਾ ਮਨ ਪਰਵਾਹ ਦਤਾ ਰਾਏ ਪੋਤਰਲੇ ਗਲ ਮੈਂ ਪਾਇਓ ਅਖੀਰ ਨੂੰ ਇਹਦੀ ਖੋਟੀ ਮਤ ਉਹਨਾਂ ਦੀ ਆ ਹੀ ਗਈ ਤੇ ਨੇ ਤਲਵਾਰ ਚੁੱਕ ਕੇ ਆਪਣੇ ਗਾਤਰੇ ਪਾ ਲਏ ਪਿਓ ਸੇ ਪੇ ਸੇਵਾ ਕਰਦਾ ਰਿਆ ਦਾਦਾ ਸੇਵਾ ਕਰਦਾ ਰਿਆ ਇਹਨੇ ਆਖਿਆ ਨਹੀਂ ਜੀ ਲੋਜਿਕ ਨਹੀਂ ਬਣਦਾ ਇਹਦੇ ਵਿੱਚ ਲੋਜਿਕ ਨਹੀਂ ਹੈ ਵੀ ਤਲਵਾਰ ਦੀ ਪੂਜਾ ਹੋਣੀ ਹੈ ਇਹ ਤਾਂ ਗਾਤਰੇ ਪਾਣੀ ਚਾਹੀਦੀ ਹੈ ਇਨੇ ਕੱਢ ਕੇ ਗਾਤਰੇ ਪਾ ਲਈ ਤਿਸ ਹੀ ਦਿਨ ਸੋ ਚੜਿਓ ਅਖੇਰਾ ਉਸੇ ਦਿਨ ਉਹ ਸ਼ਿਕਾਰ ਤੇ ਚੜ ਪਿਆ ਪਾ ਕੇ ਨਾ ਤਲਵਾਰ ਉਹ ਮਹਾਰਾਜ ਜੀ ਦੀ ਤੇ ਸ਼ਿਕਾਰ ਤੇ ਚੜਿਆ ਕਿਮ ਰਹਿ ਸਕੇ ਕਾਲ ਜੋ ਪ੍ਰੇਰਾ ਕਿਵੇਂ ਰਹਿ ਸਕਦਾ ਕਾਲ ਪ੍ਰੇਰ ਕੇ ਲੈ ਗਿਆ ਮੌਤ ਨੇ ਪ੍ਰੇਰਿਆ ਤੇ ਲੈ ਗਿਆ ਬਹਿਰ ਚੀਲ ਵੱਡ ਮੈਂ ਜਬ ਗਿਓ ਬਾਹਰ ਕੋਈ ਝੀਲ ਸੀ ਨੇੜੇ ਉਸ ਪਾਸੇ ਨੂੰ ਗਿਆ ਸ਼ਿਕਾਰ ਖੇਡਦਾ ਨਿਕਸਿਓ ਮਿਰਗ ਅਵ ਲੋਕਤ ਪਇਓ ਇਹਨੇ ਝੀਲ ਦੇ ਵਿੱਚੋਂ ਇੱਕ ਹਿਰਨ ਵੇਖਿਆ ਨਿਕਲਦਾ ਹੋਇਆ ਸਕਲ ਸੈਨ ਕੋ ਥਿਰ ਤੈਂ ਕਰਕੇ ਇਹਨੇ ਸੈਨਾ ਪਿੱਛੇ ਖੜੀ ਕਰ ਦਿੱਤੀ ਕਹਿੰਦਾ ਸ਼ਿਕਾਰ ਇਹਦਾ ਮੈਂ ਕਰਾਂਗਾ ਹਿਰਨ ਦਾ ਆਪਣੇ ਨਾਲ ਦੀ ਜਿਹੜੀ ਸੈਨਾ ਸੀ ਉਹ ਪਿੱਛੇ ਛੱਡ ਦਿੱਤੀ ਗयो ਇਕਾਂਕੀ ਗਰਭ ਸੁਤਾਰ ਕੇ ਬੜੇ ਹੰਕਾਰ ਨਾਲ ਇਕ ਕੱਲਾ ਹੀਰਣ ਦਾ ਸ਼ਿਕਾਰ ਕਰਨ ਨੂੰ ਦੌੜਿਆ ਪਇਓ ਨੇਰ ਤਲਵਾਰ ਨਿਕਾਰੀ ਜਦੋਂ ਹੀਰਣ ਦੇ ਨੇੜੇ ਹੋਇਆ ਨਾ ਘੋੜਾ ਦੁੜਾ ਕੇ ਇਹਨੇ ਆਪਣੀ ਉਹ ਹੀ ਤਲਵਾਰ ਜਿਹੜੀ ਕਲਗੀਧਰ ਜੀ ਨੇ ਬਖਸ਼ੀ ਸੀ ਉਹ ਤਲਵਾਰ ਇਹਨੇ ਕੱਢੀ ਚੁੱਕ ਚਟਪਟ ਮ੍ਰਿਗ ਉਪਰ ਚਾਰੀ ਇਹਨੇ ਘੋੜੇ ਤੋਂ ਥੱਲੇ ਨੂੰ ਝੁੱਕ ਕੇ ਨਾ ਤੇਜ ਬੜੇ ਜ਼ੋਰ ਦੇ ਨਾਲ ਤਲਵਾਰ ਦਾ ਵਾਰ ਕੀਤਾ ਸੋ ਬਚ ਗयो ਛਾਲ ਕਰ ਆਗੀ ਹੁਣ ਹਿਰਨ ਬੜਾ ਤੇਜ਼ ਦੌੜਦਾ ਉਹਨੇ ਛਾਲ ਮਾਰੀ ਉਹ ਤਾਂ ਬਚ ਗਿਆ ਉਹ ਤਾਂ ਦੌੜ ਕੇ ਬਚ ਗਿਆ ਉਹਦਾ ਕਾਲ ਨਹੀਂ ਸੀ ਆਇਆ ਕਾਲ ਤਾਂ ਇਹਦਾ ਆਇਆ ਸੀ ਹੇਰ ਨੇ ਜਿਹੜਾ ਸੀ ਉਹ ਬਚ ਗਿਆ ਬਹਿਕ ਹੱਥ ਉਰੂ ਪਰ ਲਾਗੀ ਕਹਿੰਦੇ ਇਹਦਾ ਹੱਥ ਬਹਿ ਗਿਆ ਤੇ ਉਹ ਤਲਵਾਰ ਇਹਦੇ ਪੱਟ ਦੇ ਉੱਤੇ ਆ ਕੇ ਜ਼ੋਰ ਨਾਲ ਵੱਜੀ ਇਮਸ਼ਮਸ਼ੇਰ ਸਾਪ ਹੋਏ ਬਾਈ ਹੁਣ ਕਲਗੀ ਧਰ ਦੀ ਤਲਵਾਰ ਸੀ ਤਿੱਖੀ ਧਾਰ ਸੀ ਕਹਿੰਦੇ ਇਦਾਂ ਵਹੀ ਨਾ ਸਾਫ ਹੋ ਕੇ ਪੱਟ ਦੇ ਨਾਲੋਂ ਹੀ ਕਹਿੰਦੇ ਜਿਹੜੀ ਲੱਤ ਸੀ ਉਹ ਵੱਢ ਕੇ ਜ਼ਮੀਨ ਤੇ ਸੁੱਟ ਦਿੱਤੀ ਹਾਂਜੀ ਕਟਿਓ ਉਰੂ ਕੁਛ ਬਾਕੀ ਰਈ ਕਹਿੰਦੇ ਮਾੜੀ ਜੀ ਅੜੀ ਰਹਿ ਗਈ ਬਸ ਪਿਛਲੇ ਪਾਸਿਓ ਬਾਕੀ ਸਾਰੀ ਲੱਤ ਜਿਹੜੀ ਆ ਉਹ ਕੱਟੀ ਗਈ ਜਿਵੇਂ ਮਾੜਾ ਜਾਂ ਪਿਛਲੇ ਪਾਸਿਓ ਮਾਸ ਦੀ ਬੋਟੀ ਜੀ ਹੁੰਦੀ ਐ ਉਹ ਹੀ ਅੜੀ ਰਹਿ ਗਈ ਤਰ ਗਿਰ ਪਰਿਓ ਤੁਰੰਗ ਟਿਗ ਖਰਿਓ ਤੇ ਕੋੜੇ ਤੋਂ ਥੱਲੇ ਡਿਗ ਪਿਆ ਧੜੰਮ ਦੇ ਕੇ ਤੇ ਘੋੜਾ ਕੋਲ ਖੜਾ ਸਭ ਸੈਨਾ ਤਵ ਟੋਰਨ ਕਰਿਓ ਹੁਣ ਇੱਥੇ ਲੱਤ ਵਿੱਚੋਂ ਖੂਨ ਸਿਮੇ ਬੰਦਾ ਕੋਈ ਹੈ ਨਹੀਂ ਸੀ ਕੋਲ ਫੌਜਾਂ ਪਿੱਛੇ ਛੱਡ ਆਇਆ ਸੀ ਉਹ ਲੱਭੀ ਜਾਣ ਵੀ ਗਿਆ ਕਿੱਧਰ ਹੈ ਜੰਗਲ ਦਾ ਇਲਾਕਾ ਸੀ ਇਹਦੀ ਲੱਤ ਚੋਂ ਖੂਨ ਨੁੱਚੜੀ ਜਾਂਦਾ ਤੇ ਇੰਨੇ ਨੂੰ ਫੌਜਾਂ ਇਹਨੂੰ ਲੱਭਦੀਆਂ ਲੱਭਦੇ ਲੱਭਦੇ ਆ ਰਹੇ ਨੇ ਦੋਹਰਾ ਹਾਈ ਹਾਈ ਮੁਖ ਪੰਤ ਐ ਸੁਣ ਆਏ ਸੈ ਸਾਈ ਉਹ ਪਿੱਛੋਂ ਇਹ ਹਾਈ ਹਾਈ ਕਰਕੇ ਆਵਾਜ਼ਾਂ ਮਾਰਦਾ ਆਓ ਮੈਨੂੰ ਬਚਾਓ ਇੰਨੇ ਨੂੰ ਪਿੱਛੋਂ ਉਹ ਤਾਂ ਹੁਣ ਸਹਿਜੇ ਸਹਿਜੇ ਆਉਣਾ ਸੀ ਉਹਨਾਂ ਨੂੰ ਕੀ ਪਤਾ ਸੀ ਵੀ ਅੱਗੇ ਇਦਾਂ ਕਾਂਡ ਵਰਤ ਗਿਆ ਉਹ ਆਏ ਜਦੋਂ ਇਹਦੀ ਆਵਾਜ਼ ਸੁਣੀ ਉਹ ਕਾਲੀ ਨਾਲੇ ਦੇ ਨੇੜੇ ਆਏ ਕਟਿਓ ਪਰਿਓ ਅਵ ਲੋਕ ਕਰ ਸੇਵ ਕਾਲੀਓ ਚੜਾਏ ਇਹਦੇ ਸਿਪਾਈਆਂ ਨੇ ਆ ਕੇ ਵੇਖਿਆ ਵੀ ਇਹਦੀ ਲੱਤ ਵੱਡੀ ਪਈ ਆ ਖੂਨੋਂ ਖੂਨ ਹੋਇਆ ਪਿਆ ਖੂਨ ਨੁੱਚੜ ਗਿਆ ਸਰੀਰ ਦਾ ਉਹਨਾਂ ਨੂੰ ਚੁੱਕ ਕੇ ਪਾਲਕੀ ਦੇ ਵਿੱਚ ਨਾਲ ਪਾ ਲਿਆ ਨਿਸ਼ਾਨੀ ਛੰਦ ਪੰਥ ਵਿਕੇ ਹੀ ਮਰ ਗयो ਨੈ ਘਰ ਲੱਗਿਆ ਵਾ ਮਹਾਰਾਜ ਜੀ ਦੀ ਖੇਡ ਵਰਤੀ ਸਤਗੁਰਾਂ ਦੇ ਬਚਨ ਵੇਖੋ ਕਿਵੇਂ ਪੂਰੇ ਹੁੰਦੇ ਆ ਉਸ ਵਕਤ ਜਦੋਂ ਘਰ ਨੂੰ ਲੈ ਕੇ ਜਾਂਦੇ ਖੂਨ ਇੰਨਾ ਜ਼ਿਆਦਾ ਵਹਿ ਚੁੱਕਾ ਸੀ ਕਿ ਪਾਲਕੀ ਦੇ ਵਿੱਚ ਘਰ ਤੱਕ ਆਉਂਦਿਆਂ ਆਉਂਦਿਆਂ ਰਸਤੇ 'ਚ ਇਹਦੀ ਮੌਤ ਹੋ ਗਈ ਇਹ ਕਾਲ ਵਸ ਹੋ ਗਿਆ ਪ੍ਰਾਣ ਉਡਣ ਪੰਖੇ ਰੂ ਹੋ ਗਏ ਕਵੀ પાਖੇ ਹਮ ਅਲਪ ਬੈ ਜਬ ਏ ਸੁਨ ਪਾਵਾ ਵੇਖੋ ਭਾਈ ਸੰਤੋਖ ਸਿੰਘ ਜੀ ਦੀ ਕੈਸੀ ਸੁੰਦਰ ਇਮਾਨਦਾਰੀ ਹੈ ਕਵੀ ਜੀ ਕਹਿੰਦੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਜਿਸ ਦਿਨ ਵਿੱਚ ਉਹਦੀ ਲੱਤ ਵੱਢੀ ਗਈ ਸੀ ਕਹਿੰਦੇ ਮੈਂ ਛੋਟੀ ਉਮਰ ਵਿੱਚ ਸੀ ਮੈਨੂੰ ਇਹ ਖਬਰ ਕਿਸੇ ਸਿੱਖ ਨੇ ਸੁਣਾਈ ਸੀ ਭਾਈ ਸਾਹਿਬ ਮੌਜੂਦ ਸਨ ਉਹਨਾਂ ਦਿਨਾਂ ਵਿੱਚ ਜਦੋਂ ਇਹ ਸਾਰੀ ਕਥਾ ਹੋਈ ਹੈ ਨਾ ਇਹ ਕਾਂਡ ਵਰਤਿਆ ਭਾਈ ਸਾਹਿਬ ਕਹਿੰਦੇ ਮੇਰੀ ਉਮਰ ਉਹਨਾਂ ਦਿਨਾਂ 'ਚ ਛੋਟੀ ਸੀ ਮੈਂ ਬਚਪਨ ਵਿੱਚ ਸਾਂ ਤੇ ਮੈਨੂੰ ਮੇਰੇ ਬਜ਼ੁਰਗਾਂ ਨੇ ਇਹ ਖਬਰ ਸੁਣਾਈ ਸੀ ਵੀ ਉਧਰ ਰਾਏ ਕੱਲੇ ਦਾ ਜਿਹੜਾ ਪੋਤਰਾ ਹੈ ਉਹਦੀ ਲੱਤ ਵੱਡੀ ਗਈ ਤੇ ਉਹ ਸਮਾਪਤ ਹੋ ਗਿਆ ਇਹ ਪੰਥ ਦੇ ਵਿੱਚ ਉਦੋਂ ਚਰਚਾ ਚੱਲੀ ਹੋਵੇਗੀ ਇਹ ਵਿਚਾਰ ਚੱਲੀ ਹੋਵੇਗੀ ਤੋਂ ਭਾਈ ਸਾਹਿਬ ਕਹਿੰਦੇ ਮੇਰੀ ਛੋਟੀ ਉਮਰ ਸੀ ਤੇ ਮੇਰੇ ਕੋਲ ਵੀ ਇਹ ਖਬਰ ਉਹਨਾਂ ਦਿਨਾਂ 'ਚ ਪਹੁੰਚੀ ਸੀ ਗੁਰ ਕਿਰਪਾਨ ਤੇ ਕਟ ਮਰਿਓ बन ਗਏ ਅਖੇਰਾ ਮੈਂ ਇਹ ਸੁਣਿਆ ਸੀ ਕਿ ਰਾਏ ਕੱਲੇ ਦਾ ਜਿਹੜਾ ਪੋਤਰਾ ਸੀ ਗੁਰੂ ਸਾਹਿਬ ਦੀ ਤਲਵਾਰ ਨਾਲ ਕੱਟ ਕੇ ਮਰ ਗਿਆ ਉਹ ਸ਼িকার ਖੇਡਣ ਗਿਆ ਸੀ ਕਹਿੰਦੇ ਬਚਨ ਮੈਂ ਸੁਣਿਆ ਸੀ ਰਾਜਵੰਸ ਅਰ ਤੇਜ ਸਭ ਜੁਤ ਮੂਲ ਓਖੇਰਾ ਉਸ ਤੋਂ ਬਾਅਦ ਫਿਰ ਉਹਦਾ ਰਾਜ ਭਾਗ ਜਿਹੜਾ ਸੀ ਉਹ ਤਕਰੀਬਨ ਸਮਾਪਤ ਹੋ ਗਿਆ ਭਾਈ ਸਾਹਿਬ ਕਹਿੰਦੇ ਫਿਰ ਤਾਂ ਸਾਡੀ ਅੱਖਾਂ ਦੇ ਵੇਖਦੇ ਆਂ ਵੇਖਦੇ ਸੀ ਵੇਖਿਆ ਕਿ ਜਿਹੜੇ ਰਾਜ ਭਾਗ ਸਾਨੂੰ ਉਹਨਾਂ ਦੇ ਉਹ ਸਮਾਪਤ ਹੋ ਗਏ ਇੱਧਰ ਜਿਹੜਾ ਮਾਲਵੇ ਦੇ ਇਲਾਕੇ ਦਾ ਰਾਜ ਭਾਗ ਫਿਰ ਉਹ ਬਾਅਦ ਵਿੱਚ ਸਹਿਜੇ ਸਹਿਜੇ ਸਿੱਖ ਰਿਆਸਤਾਂ ਵਿੱਚ ਵੀ ਤਬਦੀਲ ਹੁੰਦਾ ਰਿਹਾ ਤੋਂ ਇਸ ਪ੍ਰਕਾਰ ਨਾਲ ਭਾਈ ਸਾਹਿਬ ਕਹਿੰਦੇ ਉਹਨਾਂ ਦਾ ਰਾਜ ਤੇਜ ਮੂਲ ਉਸੇ ਦਿਨ ਸਮਾਪਤ ਹੋ ਗਿਆ ਜਿਸ ਦਿਨ ਕਲਗੀਧਰ ਜੀ ਦੀ ਬਖਸ਼ੀ ਹੋਈ ਸ਼੍ਰੀ ਸਾਹਿਬ ਦੀ ਇਹਨਾਂ ਨੇ ਨਰਾਤਰੀ ਕੀਤੀ ਗੁਰਦੇਵ ਕਿਹਾ ਸੀ ਜਿੰਨੀ ਦੇਰ ਤੱਕ ਰੱਖੋਗੇ ਪੂਜਾ ਕਰੋਗੇ ਗਾਤਰੇ ਨਹੀਂ ਪਾਉਗੇ ਰਾਜ ਤੇਜ ਰਹੇਗਾ ਸੂਰਜ ਪੂਰਬ ਨੂੰ ਛੱਡ ਕੇ ਪੱਛਮ ਚੋਂ ਚੜ ਸਕਦਾ ਸਮੁੰਦਰ ਸੁੱਕ ਸਕਦਾ ਹੈ ਬਹੁਤ ਪਾਣੀ ਹੈ ਹੈ ਸੰਭਵ ਹੈ ਪਰ ਸੁੱਕ ਸਕਦਾ ਹੈ ਸਮੇਰ ਪਹਾੜ ਬੜਾ ਵੱਡਾ ਖੰਭ ਲਾ ਕੇ ਉੱਡ ਸਕਦਾ ਪਰ ਕਲਗੀਧਰ ਪਾਤਸ਼ਾਹ ਜਿਹੜਾ ਬਚਨ ਕਰਨ ਤੇ ਪੂਰਾ ਨਾ ਹੋਵੇ ਇਹ ਨਹੀਂ ਹੋ ਸਕਦਾ ਸਹਬ ਦੇ ਬਚਨ ਅਟੱਲ ਨੇ ਅੱਜ ਵੀ ਬਹੁਤ ਥਾਈਂ ਜਿੱਥੇ ਜਿੱਥੇ ਸਹਬ ਦੇ ਬਚਨ ਹੋਏ ਚਾਹੇ ਉਹ ਨਵੇਂ ਪਾਤਸ਼ਾਹ ਦੇ ਬਚਨ ਨੇ ਚਾਹੇ ਉਹ ਗੁਰੂ ਨਾਨਕ ਪਾਤਸ਼ਾਹ ਅੱਜ ਵੀ ਉੱਥੇ ਉਹ ਬਚਨ ਇਨ ਬਿਨ ਉਸੇ ਤਰ੍ਹਾਂ ਹੀ ਵਰਤਦੇ ਹਨ ਟੱਲਨੇ ਭਾਈ ਸਾਹਿਬ ਕਹਿੰਦੇ ਰਾਜ ਭਾਗ ਤੇਜ ਇਦਾਂ ਰਾਏ ਕੱਲੇ ਦੀ ਕੁੱਲ ਚੋ ਸਮਾਪਤ ਹੋਇਆ ਓਰਿਓ ਬਾਕ ਸਤ ਗੁਰੂ ਕੋ ਸੁਨ श्रुत ድ੍ਰਿਗਹਿਰਾ ਕਹਿੰਦੇ ਬਾਕ ਮਹਾਰਾਜ ਜੀ ਦਾ ਫੁਰਿਆ ਮੈਂ ਅੱਖਾਂ ਨਾਲ ਵੇਖਿਆ ਤੇ ਕੰਨਾਂ ਨਾਲ ਸੁਣਿਆ ਭਾਈ ਸੰਤੋਖ ਸਿੰਘ ਜੀ ਆਪਣੀ ਪੂਰੀ ਗਵਾਹੀ ਦੇ ਰਹੇ ਨੇ ਇਹਦੇ ਤੋਂ ਵੱਧ ਪ੍ਰਮਾਣਿਕ ਗੱਲ ਕੀ ਹੋ ਸਕਦੀ ਕਹਿੰਦੇ ਮੈਂ ਵੇਖਿਆ ਵੀ ਐ ਤੇ ਸੁਣਿਆ ਵੀ ਐ ਹਮ ਤਿੰਨ ਕੋ ਅਵਸਾਨ ਪਾ ਜਗ ਲਖੇ ਕਨੇਰਾ ਕਹਿੰਦੇ ਸਾਰਾ ਜਗ ਤੇ ਗੱਲ ਜਾਣਦਾ ਹੈ ਸੁਨੋ ਗੁਰੂ ਕੀ ਬਾਰਤਾ ਦੀਨੇ ਤੇ ਰਹੋਏ ਇਹ ਤਾਂ ਸਿਰਾਇ ਇਕੱਲੇ ਦੇ ਪਰਿਵਾਰ ਨਾਲ ਸੰਬੰਧਿਤ ਪ੍ਰਸੰਗ ਜਿਹੜਾ ਇੱਥੇ ਭਾਈ ਸਾਹਿਬ ਕਹਿੰਦੇ ਦੇਣਾ ਜ਼ਰੂਰੀ ਸੀ ਹੁਣ ਉਧਰ ਕਲਗੀਧਰ ਜੀ ਦੀ ਬਾਤ ਸੁਣੋ ਕਿ ਜਿਵੇਂ ਸਤਗੁਰੂ ਜੀ ਦੀਨੇ ਪਿੰਡ ਜੁਤਰੇ ਨੇ ਦੀਨੇ ਪਿੰਡ ਚ ਸਹਬ ਦਾ ਉਤਾਰਾ ਹੋਇਆ ਹੈ ਸੇਵੈ ਬੋਬਿਧ ਪ੍ਰੇਮ ਕਰ ਦਰਸੈ ਸਭ ਕੋਏ ਕਿਵੇਂ ਪਰਿਵਾਰ ਵਾਲੇ ਸੇਵਾ ਕਰਦੇ ਨਗਰ ਨਿਵਾਸੀ ਸੇਵਾ ਕਰਦੇ ਨੇ ਇਲਾਕਾ ਨਿਵਾਸੀ ਭਾਵਨਾ ਨਾਲ ਆ ਕੇ ਸਤਿਗੁਰੂ ਜੀ ਦੀ ਸੇਵਾ ਟਹਿਲ ਕਰਦੇ ਹਨ ਨਿਕਟ ਦੂਰ ਸੁਧ ਕੋ ਸੁਨੇ ਸਿੱਖ ਸੰਗਤ ਸਾਰੇ ਜਿਹੜਿਆਂ ਦੂਰੋਂ ਬਿਆੰਤ ਸੰਗਤਾਂ ਜਿਨ੍ਹਾਂ ਜਿਨ੍ਹਾਂ ਨੂੰ ਵੀ ਖਬਰ ਹੁੰਦੀ ਹੈ ਆ ਕੇ ਕਲਗੀਧਰ ਜੀ ਦੇ ਦਰਸ਼ਨ ਇੱਥੇ ਕਰਦੇ ਇੱਥੇ ਕੁਝ ਸਮਾਂ ਮਹਾਰਾਜ ਜੀ ਨੇ ਇਦਾਂ ਕਹਿ ਸਕਦੇ ਆ ਵੀ ਗੁਪਤ ਵਾਸ ਵਿੱਚ ਹੀ ਕੱਟਿਆ ਕਲਗੀਧਰ ਜੀ ਨੇ ਔਰ ਇੱਥੇ ਬਹਿ ਕੇ ਅੱਗੇ ਕਥਾ ਹੋਣੀ ਆ ਪਾਤਸ਼ਾਹ ਨੇ ਜ਼ਫਰਨਾਮਾ ਲਿਖਿਆ ਜਿੱਥੇ ਜ਼ਫਰਨਾਮਾ ਉਚਾਰਿਆ ਉੱਥੇ ਵੀ ਸਥਾਨ ਹੈ ਗੁਰਦੁਆਰਾ ਜ਼ਫਰਨਾਮਾ ਸਾਹਿਬ ਤੋਂ ਕਲਗੀਧਰ ਜੀ ਦੇ ਇਤਿਹਾਸਕ ਸਥਾਨ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਇਤਿਹਾਸਕ ਸਥਾਨ ਨੇ ਸੰਗਤਾਂ ਦਰਸ਼ਨ ਕਰਦੀਆਂ ਗਰੀਬਨਵਾਜ਼ ਸਾਹਿਬ ਜੀ ਦਾ ਪਵਿੱਤਰ ਪਾਵਨ ਇਤਿਹਾਸ ਹੈ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਸਾਧ ਸੰਗਤ ਜੀ ਬੇਨਤੀ ਹੈ ਕਿ ਪਰਸੋਂ ਸ਼ਾਮ 13 ਤਰੀਕ ਨੂੰ ਡੇਰਾ ਬਾਬਾ ਆਜਾਪਾਲ ਸਿੰਘ ਜੀ ਗੁਰਦੁਆਰਾ ਘੋੜਿਆਂ ਵਾਲਾ ਨਾਭਾ ਵਿਖੇ ਸਾਕਾ ਨਨਕਾਣਾ ਦੇ 100 ਸਾਲਾ ਸ਼ਹੀਦੀ ਸਮਾਗਮ ਨੂੰ ਸਮਰਪਿਤ ਸਮਾਗਮ ਹੋ ਰਹੇ ਨੇ ਸ਼ਾਮ ਨੂੰ 6:30 ਤੋਂ 6 ਤੋਂ ਤਕਰੀਬਨ 9 ਵਜੇ ਤੱਕ ਇਹ ਦੀਵਾਨ ਸਜਣਗੇ ਜਿਨ੍ਹਾਂ ਦੀਵਾਨਾਂ 'ਚ ਬਾਬਾ ਬੰਤਾ ਸਿੰਘ ਜੀ ਮੁੰਡਾ ਪਿੰਡ ਵਾਲੇ ਕਥਾਵਾਚਕ ਹਾਜ਼ਰੀਆਂ ਭਰਨਗੇ ਔਰ ਭਾਈ ਗੁਰਕੀਰਤ ਸਿੰਘ ਜੀ ਅਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਕੀਰਤਨ ਦੀ ਹਾਜ਼ਰੀ ਭਰਨਗੇ ਜਿਹੜੀਆਂ ਸੰਗਤਾਂ ਗੁਰਦੁਆਰਾ ਕੋੜਿਆਂ ਵਾਲਾ ਨਾਭਾ ਵਿਖੇ ਹਾਜ਼ਰੀਆਂ ਭਰਨਾ ਚਾਹੁੰਦੇ ਹਨ ਪਰसों ਸ਼ਾਮ ਨੂੰ ਕਥਾ ਤੋਂ ਬਾਅਦ ਤਕਰੀਬਨ 7:30 ਵਜੇ ਸੇ ਟਾਈਮ ਬੱਸਾਂ ਚੱਲਣਗੀਆਂ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਤੋਂ ਜਿਹੜੀਆਂ ਸੰਗਤਾਂ ਨੂੰ ਯਾਤਰਾ ਕਰਾ ਕੇ ਲਿਉਣਗੀਆਂ ਜਿਨ੍ਹਾਂ ਮਾਈਆਂ ਭਾਈਆਂ ਨੇ ਯਾਤਰਾ ਕਰਨੀਆਂ ਦਿਵਾਨਾਂ 'ਚ ਹਾਜ਼ਰੀਆਂ ਭਰਨੀਆਂ ਨੇ ਨਾਬੇ ਤਕਰੀਬਨ ਜੇ 9:00 ਸਵੇਰ ਨੂੰ ਸਮਾਪਤੀ ਹੋਵੇਗੀ 10:00 ਵਜੇ ਤੱਕ ਵਾਪਸੀ ਆ ਜਾਏ ਆਣਗੀਆਂ ਤਾਂ ਜਿਹੜੀਆਂ ਸੰਗਤਾਂ ਜਾਣਾ ਚਾਹੁੰਦੀਆਂ ਨੇ ਆਪਣੇ ਨਾਮ ਹੜ ਗ੍ਰੰਥੀ ਸਾਹਿਬ ਦੇ ਦਫ਼ਤਰ 'ਚ ਲਿਖਾ ਦਿਓ ਤਾ ਜੋ ਸੰਗਤ ਦੀ ਗਿਣਤੀ ਦੇ ਮੁਤਾਬਕ ਬਸਾਂ ਦਾ ਪ੍ਰਬੰਧ ਜਿਹੜਾ ਉਹ ਪ੍ਰਬੰਧਕਾਂ ਵੱਲੋਂ ਕੀਤਾ ਜਾਣਾ ਇਹ ਬੇਨਤੀ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਵੱਲੋਂ ਹੈ ਆਪ ਜੀ ਨੇ ਸਬਕਾਰ ਕਰਨੀ ਜੀ ਵਾਹਿਗੁਰੂ 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 sar brahma ab